ਧੰਨ ਧੰਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ 19 ਅਕਤੂਬਰ ਨੂੰ ਸਮੁੱਚਾ ਸੰਸਾਰ ਜਿਹੜਾ ਹੈ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਵੱਲੋਂ ਹਰ ਸਾਲ ਹੀ ਮਹਾਨ ਗੁਰਮਤਿ ਸਮਾਗਮਾਂ ਦੀ ਲੜੀ ਸ਼ਹਿਰ ਦੇ ਵੱਖ ਵੱਖ ਗੁਰਦੁਆਰੇ ਸਾਹਿਬਾਨਾਂ ਵਿੱਚ ਸ਼ਾਮਾਂ ਦੇ ਦੀਵਾਨ ਸੱਜਦੇ ਨੇ। ਅੱਜ ਦੇ ਇਹ ਮਹਾਨ ਸਮਾਗਮ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਟਾਹਲੀ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ ਸਜਾਏ ਜਾ ਰਹੇ ਨੇ। ਗੁਰੂ ਪਿਆਰਿਓ, ਸਤਿਗੁਰ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਇਹ ਪਾਵਨ ਨਗਰ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਉਣਾ ਕੀਤਾ। 52 ਤਰ੍ਹਾਂ ਦੇ ਵਪਾਰੀ ਸਤਿਗੁਰ ਪਾਤਸ਼ਾਹ ਜੀ ਨੇ ਇਸ ਨਗਰ ਵਿਖੇ ਲਿਆ ਕੇ ਇਸ ਨਗਰ ਦੇ ਵਪਾਰ ਨੂੰ ਪ੍ਰਫੁੱਲਤ ਕੀਤਾ। ਡਿੱਠੇ ਸੱਭੇ ਥਾਮ ਨਹੀਂ ਤੁਧ ਜਿਹੇ ਆ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹੇ ਆ, ਵਸਦੀ ਸਗਣੀ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਏ ਰਾਮਦਾਸ ਸਰ। ਐਸੀਆਂ ਬਖਸ਼ਾਂ ਐਸੀਆਂ ਕਿਰਪਾ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤੀਆਂ। ਇਹ ਨਗਰ ਵਸਾ ਕੇ ਮੇਰੇ ਪਾਤਸ਼ਾਹ ਜੀ ਨੇ ਸਮੁੱਚੇ ਸੰਸਾਰ ਦੇ ਅੰਦਰ ਇੱਕ ਐਸਾ ਤੀਰਥ ਅਸਥਾਨ ਪ੍ਰਗਟ ਕੀਤਾ, ਦੁਨੀਆ ਦਾ ਕੋਈ ਵੀ ਮਨੁੱਖ ਪਿਆਰੇ ਜਦੋਂ ਭਾਵਨਾ ਕਰਕੇ ਮਨ ਕਰਕੇ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ ਆਉਂਦਾ ਹੈ, ਸਤਿਗੁਰ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ, ਰੋਜ਼ਾਨਾ ਹੀ ਇਹ ਗੁਰਮਤਿ ਸਮਾਗਮ ਸਜਾਏ ਜਾਂਦੇ ਨੇ। ਵੱਖ ਵੱਖ ਵਿਸ਼ਿਆਂ 'ਤੇ ਇਹ ਗੁਰਮਤਿ ਸਮਾਗਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਅੱਜ ਦਾ ਜੋ ਵਿਸ਼ਾ ਹੈ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਇਸ ਪਾਵਨ ਵਿਸ਼ੇ 'ਤੇ ਅੱਜ ਦੇ ਇਹ ਮਹਾਨ ਗੁਰਮਤਿ ਸਮਾਗਮ ਸਜ ਰਹੇ ਨੇ। ਬੜੀ ਬਖਸ਼ਿਸ਼ ਹੈ ਸਤਿਗੁਰ ਪਾਤਸ਼ਾਹ ਜੀ ਦੀ, ਸਤਿਗੁਰ ਜੀ ਨੇ ਕਿਰਪਾ ਕੀਤੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਆਓ, ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀਏ, ਅਸੀਸਾਂ ਪ੍ਰਾਪਤ ਕਰਨੀਆਂ ਨੇ। ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ, ਆਓ ਬੜੇ ਪਿਆਰ ਅਤੇ ਭਾਵਨਾ ਦੇ ਨਾਲ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ ਜੁੜ ਬੈਠੀਏ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਅਤੇ ਰਹਿਮਤਾਂ ਪ੍ਰਾਪਤ ਕਰਨੀਆਂ ਨੇ। ਪਟ ਕੀਰਤ ਜੀ ਨੇ ਜਿਵੇਂ ਬੇਨਤੀ ਕੀਤੀ, ਹਮੇ ਔਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ,
ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹੈ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਹੇ ਗੁਰੂ ਰਾਮਦਾਸ ਮਹਾਰਾਜ ਜੀ, ਅਸੀਂ ਔਗੁਣਾਂ ਦੇ ਭਰੇ ਹੋਏ ਹਾਂ, ਇੱਕ ਵੀ ਗੁਣ ਸਾਡੇ ਜੀਵਨ ਵਿੱਚ ਨਹੀਂ ਹੈ। ਅੰਮ੍ਰਿਤ ਰੂਪੀ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਵਿਖ ਰੂਪੀ ਦੁਨਿਆਵੀ ਪਦਾਰਥਾਂ ਦੇ ਮੋਹ ਵਿੱਚ ਇਹ ਜੀਵਨ ਬਤੀਤ ਹੋ ਰਿਹਾ ਹੈ। ਮਾਇਆ ਦੇ ਵਿੱਚ, ਮੋਹ ਦੇ ਵਿੱਚ, ਭਰਮ ਦੇ ਵਿੱਚ ਇਹ ਜੀਵਨ ਬਤੀਤ ਹੋ ਰਿਹਾ ਹੈ। ਤੁਸੀਂ ਕਰੋ ਕਿਰਪਾ, ਸਾਡੇ ਔਗੁਣ ਨਾਨ ਚਿਤਾਰਨੇ ਗੁਣਾਂ ਦੀ ਬਖਸ਼ਿਸ਼ ਕਰਕੇ ਸਾਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਆਓ ਸਤਿਗੁਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ, ਸਤਿਗੁਰ ਪਾਤਸ਼ਾਹ ਜੀ ਦੀਆਂ ਰਹਿਮਤਾਂ ਪ੍ਰਾਪਤ ਕਰੀਏ। ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ। ਇਹ ਸਾਰਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਜ ਫੇਸਬੁੱਕ ਅਤੇ ਯੂਟਿਊਬ 'ਤੇ ਸਾਰਾ ਸਮਾਗਮ ਲਾਈਵ ਚੱਲ ਰਿਹਾ ਹੈ। ਲੱਖਾਂ ਦੀ ਗਿਣਤੀ ਦੇ ਅੰਦਰ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਇਹਨਾਂ ਸਾਰੇ ਸਮਾਗਮਾਂ ਦਾ ਆਨੰਦ ਲੈ ਰਹੀਆਂ ਨੇ। ਆਓ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨ, ਤੁਮਰੀ ਮਹਿਮਾ ਬਰਨ ਨ ਸਾਖੋ, ਤੂੰ ਠਾਕੁਰ ਊਚ ਭਗਵਾਨ, ਨਿਮਾਣਿਓ ਕੇ ਮਾਣ ਗੁਰੂ, ਨਿਤਾਣਿਓ ਕੇ ਤਾਂ, ਨਿਓਟਿਓ ਕੀਓਟ, ਨਿਆਸਰਿਓ ਕੇ ਆਸਰਾ, ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ ਲਾਲਨ ਕੀ ਸੋਭਾ, ਸਜ ਨਵ ਤਨ ਮਨ ਰੰਗੀ ਸੋਭਾ, ਸਜ ਨਵ ਤਨ ਮਨ ਰੰਗੀ ਸੋਭਾ, ਮੇਰੇ ਲਾਲਨ ਕੀ ਸੋਭਾ, ਮੇਰੇ
ਮੇਰੇ ਲਾਲਨ ਕੀ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਕੀ ਲਾਲਨ ਕੀ ਸੋਭਾ ਮੇਰੇ ਲਾਲਨ ਕੀ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਕੀ ਬ੍ਰਹਮ ਮਹੇਸ ਸਿਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਭਗਤ ਦਾਨ ਜਸ ਮੰਗੀ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਸਦ ਨਵ ਤਨ ਮਨ ਰੰਗੀ ਸੋਭਾ ਸਦ ਨਵ ਤਨ ਮਨ ਰੰਗੀ ਸੋਭਾ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਕੀ ਸੋਭਾ ਜੋਗ ਗਿਆਨ ਧਿਆਨ ਸਿੱਖ ਨਾਗੇ ਜੋਗ ਗਿਆਨ ਧਿਆਨ ਸਿੱਖ ਨਾਗੇ ਸਗਲ ਜਪ ਹੈ ਤਰੰਗੀ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਕਹੋ ਨਾਨਕ ਸੰਤਨ ਬਲਿਹਾਰ ਕਹੋ ਨਾਨਕ ਸੰਤਨ ਬਲਿਹਾਰ ਕਹੋ ਨਾਨਕ ਸੰਤਨ ਬਲਿਹਾਰ ਕਹੋ ਨਾਨਕ ਸੰਤਨ ਬਲਿਹਾਰ ਜੋ ਪ੍ਰਭ ਕੈ ਸਤਸੰਗੀ ਜੋ ਪ੍ਰਭ ਕੈ ਸਤਸੰਗੀ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਕੀ ਸੋਭਾ ਸਦ ਨਵ ਤਨ ਮਨ ਰੰਗੀ ਸੋਭਾ ਸਦ ਨਵ ਤਨ ਮਨ ਰੰਗੀ ਸੋਭਾ ਮੇਰੇ ਲਾਲਨ ਕੀ ਸੋਭਾ ਮੇਰੇ ਲਾਲਨ ਮੇਰੇ ਲਾਲਨ ਮੇਰੇ ਲਾਲਨ ਕੀ ਸੋਭਾ
ਸਾਹਿਬਾ ਤੇਰੇ ਚੋਜਵਿਡਾਣਾ ਤੇਰੇ ਚੋਜਵਿਡਾਣਾ ਮੇਰੇ ਸਾਹਿਬਾ ਤੇਰੇ ਚੋਜਵਿਡਾਣਾ ਤੇਰੇ ਚੋਜਵਿਡਾਣਾ ਜਲ ਥਲ ਮਹੀਅਲ ਪਰ ਪੁਰਲੀਣਾ ਆਪੇ ਸਰਬ ਸਮਾਣਾ ਆਪੇ ਸਰਬ ਸਮਾਣਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਪੁੜ ਧਰਤੀ ਪੁੜ ਪਾਣੀ ਆਸਣ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚਵਾਰਾ ਸਗਲ ਪਵਨ ਕੀ ਮੂਰਤ ਏਕਾ ਸਗਲ ਪਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਤੂੰ ਜਲ ਥਲ ਮਹੀਅਲ ਪਰ ਪੁਰਲੀਣਾ ਆਪੇ ਸਰਬ ਸਮਾਣਾ ਸਰਬ ਸਮਾਣਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਹ ਦੇਖਾ ਤਹ ਜੋਤ ਤੁਮਾਰੀ ਜਹ ਜਹ ਦੇਖਾ ਜਹ ਜਹ ਦੇਖਾ
ਦੇਖਾ ਜਹ ਜੋਤ ਤੁਮਾਰੀ ਤੇਰਾ ਰੂਪ ਕਿਨੇਹਾ ਜਹ ਜਹ ਦੇਖਾ ਤਹ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਤੇਰਾ ਰੂਪ ਕਨੇਹਾ ਇੱਕ ਤਰੂਪ ਫਿਰੈ ਪਰਛੰਨਾ ਕੋਈ ਨਾ ਕਿਸ ਹੀ ਜਿਹਾ ਕੋਈ ਨਾ ਕਿਸ ਹੀ ਜਿਹਾ ਮੇਰੀ ਸਾਹਿਬਾ ਤੇਰੇ ਚੋਜ ਵਿਡਾਣਾ ਮੇਰੀ ਸਾਹਿਬਾ ਤੇਰੇ ਚੋਜ ਵਿਡਾਣਾ ਅੰਡ ਜੇਰ ਉਤਪੁੱਜ ਸੇਤ ਤੇਰੇ ਕੀਤੇ ਜਨਤਾ ਤੇਰੇ ਕੀਤੇ ਜਨਤਾ ਇੱਕ ਪੁਰਬ ਮੈਂ ਤੇਰਾ ਦੇਖਿਆ ਸਭਨਾ ਮਾਹੇ ਰਵੰਤਾ ਤੂੰ ਸਭਨਾ ਮਾਹੇ ਰਵੰਤਾ ਮੇਰੀ ਸਾਹਿਬਾ ਤੇਰੇ ਚੋਜ ਵਿਡਾਣਾ ਮੇਰੀ ਸਾਹਿਬਾ ਤੇਰੇ ਚੋਜ ਵਿਡਾਣਾ ਤੇਰੇ ਗੁਣ ਬਹੁਤ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਡੁੱਬਦਾ ਪੱਥਰ ਲੀਜੈ ਮੇਰੀ ਸਾਹਿਬਾ ਤੇਰੇ ਚੋਜ ਵਿਡਾਣਾ ਮੇਰੀ ਸਾਹਿਬਾ ਤੇਰੇ ਚੋਜ ਵਿਡਾਣਾ ਤੂੰ ਜਲ ਥਲ ਮਹੀਅਲ
ਪਰ ਪੁਰ ਲੀਣਾ ਆਪੇ ਸਰਬ ਸਮਾਣਾ ਆਪੇ ਸਰਬ ਸਮਾਣਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਤੇਰੇ ਚੋਜ ਵਿਡਾਣਾ ਤੇਰੇ ਚੋਜ ਵਿਡਾਣਾ ਚੋਜੀ ਮੇਰੇ ਗੋਵਿੰਦ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਚੋਜੀ ਮੇਰੇ ਗੋਵਿੰਦ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਗੋਪੀ ਖੋਜੀ ਜੀਓ ਚੋਜੀ ਮੇਰੇ ਗੋਵਿੰਦ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦ ਆਪੇ ਰਸੀਆ ਭੋਗੀ ਜੀਓ ਆਪੇ ਭੋਗੀ ਜੀਓ ਚੋਜੀ ਮੇਰੇ ਗੋਵਿੰਦ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ Thank you.
ਹਾਰ ਸੁਜਾਨ ਨਾ ਭੁੱਲਈ ਮੇਰੇ ਗੋਵਿੰਦਾ ਆਪੇ ਸਤਿਗੁਰ ਜੋਗੀ ਜੀਓ ਆਪੇ ਸਤਿਗੁਰ ਜੋਗੀ ਜੀਓ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਜੀ ਜੀਓ ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸਰ ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸਰ ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸਰ ਸੁਰ ਨਰ ਸਾਧਕ ਸਿੱਧ ਸੁਰ ਨਰ ਸਾਧਕ ਸਿੱਧ ਸਿੱਖ ਸੇਵਤ ਤੁਰ ਹੈ ਤੁਰ ਸਿੱਖ ਸੇਵਤ ਤੁਰ ਹੈ ਤੁਰ ਤੂੰ ਸਤਿਗੁਰ ਚਾਹੋ ਜੁਗੀ ਆਪੇ ਆਪੇ ਪਰਮੇਸ਼ਰ ਤੂੰ ਸਤਿਗੁਰ ਚਾਹੋ ਜੁਗੀ ਆਪੇ ਆਪੇ ਪਰਮੇਸ਼ਰ ਆਦ ਜੁਗਾ ਅਗਮ ਨਿਗਮ ਉਦਰਣ ਜਰਾ ਜਮ ਹੈ ਅਰੋ ਜਰਾ ਜਮ ਹੈ ਅਰੋ ਹੈ ਤੂੰ ਸਤ
ਸਤਿਗੁਰ ਚਾਹੂੰ ਜੁਗੇ ਆਪੇ ਆਪੇ ਪਰਮੇਸ਼ਰ ਤੂੰ ਸਤਿਗੁਰ ਚਾਹੂੰ ਜੁਗੇ ਆਪੇ ਆਪੇ ਪਰਮੇਸ਼ਰ ਗੁਰ ਅਮਰਦਾਸ ਥਿਰ ਥੱਪਿਆ ਗੁਰ ਅਮਰਦਾਸ ਗੁਰ ਅਮਰਦਾਸ ਗੁਰ ਅਮਰਦਾਸ ਥਿਰ ਥੱਪਿਓ ਅਗਿਅੰਤਕ ਬਦੈ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਗੁਰ ਅਮਰਦਾਸ ਥਿਰ ਥੱਪਿਓ ਗੁਰ ਅਮਰਦਾਸ ਗੁਰ ਅਮਰਦਾਸ ਪਰਸੀਏ ਪੋਪ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਏ ਧਿਆਨ ਨਹੀਂ ਹੈ ਪਾਮੁਕ ਹੈ ਗੁਰ ਅਮਰਦਾਸ ਪਰਸੀਏ ਅਪਾਲ ਬੈ ਗਾ ਚੁੱਕੈ ਇੱਕ ਬਿਨ ਦੁਗਣ ਜਾ ਤਾਰ ਹੈ ਜਾ ਸੋ ਮੰਤਰ ਮਾਨ ਵੈਲ ਹੈ ਜਾਸਵੰਤ ਮਾਨ ਵੈਲ ਹੈ ਜਾਲ ਪਾਪ ਦਾਰਥ ਤਿੜੇ ਗੁਰ ਅਮਰਦਾਸ ਡਿੱਠੇ ਮਿਲੇ ਗੁਰ ਅਮਰਦਾਸ ਡਿੱਠੇ ਮਿਲੇ ਜਾਲ ਪਾਪ ਦਾਰਥ ਗੁਰ ਅਮਰਦਾਸ ਡਿੱਠੇ ਜਾਲ ਪਾਪ ਦਾਰਥ ਤਿੜੇ ਗੁਰ ਅਮਰਦਾਸ ਡਿੱਠੇ ਮਿਲੇ ਕੰਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਣਤ ਨਯਾਵੇ ਰਾਮ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਂ ਹੈ ਬਣਿਆ ਵੇ ਤੇਰੀ ਉਪਮਾ ਤੋਂ ਹੈ
ਭਜਨ ਪਲ ਉਨਹੇ ਜੋ ਗਾਵੇ। ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਅਮਰਦਾਸ ਗੁਣ ਤੇਰੇ, ਪੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਅਗ ਅੰਤਕ ਬਦੇ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਣ, ਗੁਰ ਰਾਮਦਾਸ ਤੇਰੀ ਸਰਣ। ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ, ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ, ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ, ਆਪੇ ਆਪੇ ਪਰਮੇਸ਼ਰ। ਵਾਹਿਗੁਰੂ ਸੁਣਨਾ ਪਿਆਰੇ, ਇੱਕ ਬੇਨੰਤੀ ਮੇਰੀ, ਇੱਕ ਬੇਨੰਤੀ ਮੇਰੀ ਸੁਣਨਾ ਪਿਆਰੇ, ਇੱਕ ਬੇਨੰਤੀ ਮੇਰੀ, ਇੱਕ ਬੇਨੰਤੀ ਮੇਰੀ। ਤੂੰ ਨਿਜ ਘਰ ਵਸੇਣਾ, ਤੂੰ ਨਿਜ ਘਰ ਵਸੇਣਾ, ਹਾਂ ਰੋਲ ਪਸ ਮੈਂ ਤੇਰੀ, ਇੱਕ ਬੇਨੰਤੀ ਮੇਰੀ, ਇੱਕ ਬੇਨੰਤੀ ਮੇਰੀ ਸੁਣਨਾ ਪਿਆਰੇ, ਇੱਕ ਬੇਨੰਤੀ ਮੇਰੀ, ਇੱਕ ਬੇਨੰਤੀ ਮੇਰੀ। ਬਿਨ ਆਪਣੇ ਨਾ ਹੈ ਕੋਈ ਨਚਾਹੇ, ਕਿਆ ਕਹੀਏ ਕਿਆ ਕੀਜੇ, ਅੰਮ੍ਰਿਤ ਨਾਮ ਰਸਨ ਰਸ ਰਸਨਾ, ਗੁਰ ਸਭ ਦੀ ਰਸ ਪੀ। ਤੂੰ ਨਿਜ ਘਰ ਵਸੇਣਾ, ਤੂੰ ਨਿਜ ਘਰ ਵਸੇਣਾ, ਹਾਂ ਰੋਲ ਪਸ ਮੈਂ ਤੇਰੀ, ਇੱਕ ਬੇਨੰਤੀ ਮੇਰੀ, ਇੱਕ ਬੇਨੰਤੀ ਮੇਰੀ ਸੁਣਨਾ ਪਿਆਰੇ, ਇੱਕ ਬੇਨੰਤੀ ਮੇਰੀ, ਇੱਕ ਬੇਨੰਤੀ ਮੇਰੀ। ਵਿਣ ਨਾ ਵੇਖੋ ਸੰਗ ਨਾ ਸਾਥੀ, ਆਵੇ ਜਾ
ਨਾਨਕ ਲਾ ਲੈ ਕਰ ਜਾਏ ਸਾਚੀ ਸੱਚ ਮਤ ਤੇਰੀ ਤੂੰ ਨਿਜ ਕਰ ਵਸਿਆਣਾ ਤੂੰ ਨਿਜ ਕਰ ਵਸਿਆਣਾ ਹਾਰੋਲ ਪਸ ਮੈਂ ਤੇਰੀ ਇੱਕ ਬੇਨੰਤੀ ਮੇਰੀ ਇੱਕ ਬੇਨੰਤੀ ਮੇਰੀ ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ 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 ਇੱਕ ਬੇਨੰਤੀ ਇੱਕ ਬੇਨੰਤੀ ਮੇਰੀ 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 ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾ ਪਾਤਸ਼ਾਹ ਨਿਹਚਲ ਚੌਰ ਸ਼ਤ ਹੋਲੀ ਵੱਡੀ ਵੱਡਾ ਪਾਤ ਤੇਰਾ ਮਤਬਾ ਰੰਗ ਪਰੰਗ ਨੇਕ ਜਪ ਕਰਤਬਾ ਜੀਆਂ ਅੰਦਰ ਜੀਅ ਸਭ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਣ ਮਤ ਤੇਜੀ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤਿਆ ਕੇ ਬਿਨਵਤਾ ਤੇਰਾ ਨਾਮ ਸਤ ਹੈ ਸ੍ਰੀ ਵਾਹੇ ਗੁਰੂ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇ ਕਿਨਾ ਜਪਨ ਕਰਤਬਾ ਜੀਏ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਨ ਮਾਤਾ ਤੇਜੇ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਮੁੱਚੇ ਹੀ ਅੰਮ੍ਰਿਤਸਰ ਸ਼ਹਿਰ ਦੀਆਂ ਸਰਬੱਤ ਸੰਗਤਾਂ ਵੱਲੋਂ ਹਰ ਸਾਲ ਹੀ ਗੁਰੂ ਪਿਆਰਿਓ ਇਹ ਮਹਾਨ ਗੁਰਮਤਿ ਸਮਾਗਮਾਂ ਦੀ ਲੜੀ ਜੋ ਕਿ 15 ਤਰੀਕ ਤੋਂ ਆਰੰਭ ਹੋਈ ਹੈ ਲਗਾਤਾਰ ਨਿਰੰਤਰ ਇਹ ਸਮਾਗਮ 19 ਅਕਤੂਬਰ ਤੱਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਤੱਕ ਸ਼ਹਿਰ ਦੇ ਵੱਖ ਵੱਖ ਸਥਾਨਾਂ 'ਤੇ ਸਮਾਗਮ ਹੋ ਰਹੇ ਨੇ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਾਂ
ਜੋ ਸਤਿਗੁਰ ਮਹਾਰਾਜ ਜੀ ਨੇ ਪਾਵਨ ਉਪਦੇਸ਼ ਧੁਰ ਕੇ ਇਲਾਹੀ ਬਾਣੀ ਵਿੱਚ ਬਖਸ਼ਿਸ਼ ਕੀਤੇ ਨੇ, ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ, ਉਸ ਪਰਮੇਸ਼ਰ ਦਾ ਸਿਮਰਨ ਕਰਨ ਲੱਗਿਆਂ, ਹੇ ਮੇਰੀ ਜਿੰਦੜੀਏ ਤੈਨੂੰ ਜਰਾ ਜਿੰਨੇ ਵੀ ਦੇਰ ਨਹੀਂ ਕਰਨੀ ਚਾਹੀਦੀ, ਪਤਾ ਨਹੀਂ ਪਿਆਰੇ ਉਸ ਜੀਵਨ ਦੇ ਅੰਦਰ ਇੱਕ ਸਹਾਇਆ ਦੂਜਾ ਆਉਣਾ ਕਿ ਨਹੀਂ ਆਉਣਾ, ਇਹ ਜੀਵਨ ਦਾ ਕੋਈ ਭਰੋਸਾ ਨਹੀਂ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ, ਇੱਕਦਮ ਦਾ ਮਨੁੱਖ ਹੈ। ਸੋ ਪਿਆਰਿਓ ਜਿਹੜਾ ਸਮਾਂ ਮਿਲਿਆ ਹੈ ਇਹ ਸਮੇਂ ਨੂੰ ਸਫਲ ਕਰ ਲਈਏ, ਏਕ ਘੜੀ ਆਦਿ ਘੜੀ ਆਦਿ ਹੁਣ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਆਓ ਗੁਰੂ ਪਿਆਰਿਓ ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਇਲਾਹੀ ਬਾਣੀ ਨਾਲ ਜੁੜੀਏ। ਬਹੁਤ ਹੀ ਸਤਿਕਾਰਯੋਗ ਗਿਆਨੀ ਵਿਸ਼ਾਲ ਸਿੰਘ ਜੀ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਬੜੀ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਸਤਿਗੁਰ ਜੀ ਨੇ ਆਪਣੇ ਦਰ ਦੀਆਂ ਬੜੀਆਂ ਮਹਾਨ ਸੇਵਾਵਾਂ ਬਖਸ਼ੀਆਂ ਨੇ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਆਓ ਤਿੰਨਾਂ ਪਾਸੋਂ ਜੋ ਅੱਜ ਦਾ ਵਿਸ਼ਾ ਹੈ, ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸ਼ਬਦ ਆਪਾਂ ਸਰਵਣ ਕਰੀਏ। ਆਪਣਾ ਜੀਵਨ ਸਤਿਗੁਰ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਹੋਏ ਬਤੀਤ ਕਰੀਏ। ਆਓ ਬੜੇ ਪਿਆਰ ਨਾਲ ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਇਲਾਹੀ ਬਾਣੀ ਸਰਵਣ ਕਰੀਏ। ਜੈਕਾਰੇ ਦੇ ਰੂਪ ਅੰਦਰ ਆਸੀਸ ਬਖਸ਼ੋ। ਬੋਲੇ ਸੋ ਨਿਹਾਲ। ਆਓ ਬੜੇ ਪਿਆਰ ਨਾਲ ਸਤਿਗੁਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੇ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਣ ਚੜ ਜਾਏ, ਅੰਧ ਲਖੈ ਬਦਰੋ ਸੁਣੈ
ਜੋ ਕਾਲ ਕਿਰਪਾ ਕਰਾਹੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕਹੇ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗਰੀਬ ਨਵਾਜ ਸੱਚੇ ਪਾਤਸ਼ਾਹ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਸੰਗਤ ਜੀਓ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਦਰਬਾਰ ਗੁਰਦੁਆਰਾ ਸੰਤੋਖ ਸਰ ਟਾਹਲੀ ਸਾਹਿਬ, ਇਸ ਸਥਾਨ ਦੇ ਉੱਤੇ ਆਪ ਜੀ ਬੜੇ ਪਿਆਰ ਦੇ ਨਾਲ ਸੱਜੇ ਹੋਏ ਹੋ। ਹਰ ਸਾਲ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਆਗਮਨ ਗੁਰਪੁਰਬ ਤੋਂ ਲਗਭਗ ਇੱਕ ਕੁ ਮਹੀਨਾ ਪਹਿਲਾਂ ਹੀ ਸਾਰੇ ਸ਼ਹਿਰ ਦੇ ਵਿੱਚ ਗੁਰਮਤਿ ਸਮਾਗਮਾਂ ਦੀ ਲੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤੀ ਜਾਂਦੀ ਹੈ। ਅੱਜ ਦੇ ਸਮਾਗਮ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਦਰਸ਼ਨ ਕਰਨ ਦਾ, ਹਾਜ਼ਰੀ ਭਰਨ ਦਾ ਸੁਭਾਗ ਭਰਿਆ ਸਮਾਂ ਬਖਸ਼ਿਸ਼ ਕੀਤਾ ਹੈ। ਗੁਰਮੁਖੋ, ਇਹ ਅਸਥਾਨ ਬਹੁਤ ਕਿਰਪਾ ਵਾਲਾ, ਖੁਸ਼ੀਆਂ ਵਾਲਾ, ਮਹਾਨ ਬਰਕਤਾਂ ਨਾਲ ਭਰਿਆ ਇਹ ਅਸਥਾਨ ਹੈ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜਿੰਨੀ ਵੀ ਸੰਗਤ ਸਤਿਗੁਰੂ ਜੀ ਦੇ ਹਜ਼ੂਰ ਬੈਠੇ ਹੋ, ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਗੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ 174 ਅੰਗ ਦੇ ਉੱਤੇ ਗਾਉੜੀ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਗਰੀਬ ਨਵਾਜ ਜੀ ਦੀ ਇਹ ਪੰਕਤੀ ਹੈ, ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦੀ ਪੰਕਤੀ ਹੈ। ਕਿਉਂਕਿ ਆਪਾਂ ਗੁਰਪੁਰਬ ਜੋ ਗੁਰੂ ਰਾਮਦਾਸ ਜੀ ਦਾ ਮਨਾ ਰਹੇ ਹਾਂ,
ਇਸ ਕਰਕੇ ਹਰ ਵਾਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਵਿਸ਼ਾ ਬਣਾ ਕੇ ਵਿਚਾਰ ਕਰਨ ਦਾ ਯਤਨ ਕੀਤਾ ਜਾਂਦਾ ਹੈ। ਜਾਂ ਮੈਂ ਇਉਂ ਵੀ ਕਹਾਂ ਕਿ ਹਰ ਸਾਲ ਗੁਰੂ ਰਾਮਦਾਸ ਜੀ ਦੀ ਬਾਣੀ ਜਾਂ ਬਾਣੀ ਵਿੱਚੋਂ ਮਹਾਰਾਜ ਜੀ ਦੀ ਜਿਹੜੀ ਸਿਫਤ ਹੈ ਗੁਰਮੁਖੋ ਉਹਦਾ ਆਧਾਰ ਬਣਾ ਕੇ ਵਿਚਾਰ ਕੀਤੀ ਜਾਂਦੀ ਹੈ। ਅੱਜ ਦੀ ਜਿਹੜੀ ਪੰਕਤੀ ਹੈ, ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ। ਪਹਿਲਾਂ ਤਾਂ ਇਹ ਪੰਕਤੀ ਜਿਹੜੀ ਅੱਜ ਦਾ ਵਿਸ਼ਾ ਹੈ ਗੁਰਮੁਖੋ ਇਹ ਸਾਡੀ ਰਸਨਾ ਉੱਤੇ ਵਸਣੀ ਚਾਹੀਦੀ ਹੈ। ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ। ਆਓ ਸੁਰਤੀਆਂ ਵਿੱਚ ਵਸਾਉਣ ਵਾਸਤੇ ਇਸ ਪੰਕਤੀ ਨੂੰ ਆਪਾਂ ਰਲ ਕੇ ਪੜ੍ਹਨਾ ਹੈ, ਫਿਰ ਆਪਾਂ ਵਿਚਾਰ ਕਰਾਂਗੇ। ਗੁਰਬਾਣੀ ਦੀ ਵਿਚਾਰ ਬੜੀ ਡੂੰਘੀ ਵਿਚਾਰ ਹੁੰਦੀ ਹੈ ਗੁਰਮੁਖੋ। ਚੇਤਾ ਰੱਖਿਓ ਪਹਿਲੇ ਸਮੇਂ ਸੀ ਵੀ ਕੀਰਤਨ ਦੀਆਂ ਰੀਤਾਂ ਪ੍ਰਧਾਨ ਹੋ ਗਈਆਂ ਤੇ ਰਾਗ ਸਮਾਪਤ ਹੋਣ ਤੇ ਆ ਗਿਆ। ਪਹਿਲਾਂ ਇਹ ਕੀਰਤਨ ਦੇ ਉੱਤੇ ਇੱਕ ਹਿਸਾਬ ਦੇ ਨਾਲ ਸੀ ਵੀ ਕੀਰਤਨ ਦੀ ਪ੍ਰਣਾਲੀ ਖਤਮ ਹੁੰਦੀ ਜਾ ਰਹੀ ਸੀ। ਫਿਰ ਢਾਡੀਆਂ ਦੇ ਵਿੱਚ ਵੀ ਆ ਗਈ ਵੀ ਢਾਡੀਆਂ ਦੀ ਪ੍ਰਣਾਲੀ ਜਿਹੜੇ ਬਿਲਕੁਲ ਠੀਕ ਇਤਿਹਾਸ ਸੁਣਾਉਂਦੇ ਆ ਉਹ ਤਾਂ ਸਾਧ ਸੰਗਤ ਜੀ ਮਗਰ ਰਹਿ ਗਏ ਤੇ ਜਿਨ੍ਹਾਂ ਨੇ ਸੰਗਤ ਨੂੰ ਟੋਟਕਾ ਸੁਣਾਉਣਾ ਉਹ ਸਟੇਜਾਂ ਉੱਤੇ ਚੜ੍ਹ ਗਏ। ਹੁਣ ਕਰਦਿਆਂ ਕਰਦਿਆਂ ਇਹ ਕੰਮ ਕਥਾ ਦੇ ਉੱਤੇ ਵੀ ਆ ਗਿਆ। ਕਥਾ ਵੀ ਗੁਰਮੁਖੋ ਅਸੀਂ ਉਹ ਪਸੰਦ ਕਰਦੇ ਹਾਂ ਜਿਹਦੇ ਵਿੱਚ ਬਸ ਟੋਟਕੇ ਹੋਣ, ਦੋ ਟੋਟਕੇ ਇੱਧਰੋਂ ਸੁਣਾ ਤੇ ਦੋ ਟੋਟਕੇ ਇੱਧਰੋਂ ਸੁਣਾ ਦਿੱਤੇ, ਆਪਾਂ ਉਹਨੂੰ ਕਥਾ ਮੰਨ ਲੈਂਦੇ। ਪਰ ਗੁਰਮੁਖੋ ਇਹਦਾ ਨਾਮ ਕਥਾ ਨਹੀਂ ਹੈ, ਕਥਾ ਹੋਰ ਖੇਡ ਹੈ। ਕਥਾ ਗੁਰਬਾਣੀ ਦੇ ਅਰਥ, ਗੁਰਬਾਣੀ ਨੂੰ ਵਿਚਾਰਨਾ ਤੇ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣ ਦਾ ਨਾਮ ਹੈ। ਆਓ ਪਹਿਲਾਂ ਇਸ ਪੰਕਤੀ ਨੂੰ ਆਪਣੀ ਰਸਨਾ ਤੇ ਵੀ ਵਸਾਈਏ, ਆਪਣੇ ਦਿਲ ਵਿੱਚ ਵੀ ਵਸਾਈਏ। ਪਰ ਮੈਂ ਇੱਕ ਬੇਨਤੀ ਕਰਾਂ ਪੰਕਤੀ ਬੁਲਾਉਣ ਤੋਂ ਪਹਿਲਾਂ, ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ। ਤਿੰਨ ਵਾਰੀ ਚੋਜੀ ਸ਼ਬਦ ਵਰਤਿਆ ਇੱਕੋ ਪੰਕਤੀ ਵਿੱਚ ਤੇ ਗੁਰਮੁਖੋ ਦੋ ਵਾਰੀ ਮੇਰੇ ਇੱਕ ਵਾਰੀ ਮੇਰਾ ਸ਼ਬਦ ਵਰਤਿਆ। ਇਸ ਗੱਲ ਨੂੰ ਸਮਝਿਓ ਧਿਆਨ, ਦੋ ਵਾਰੀ ਮੇਰੇ ਕਿਹਾ ਇੱਕ ਵਾਰੀ ਮੇਰਾ ਕਿਹਾ ਤਿੰਨ ਵਾਰੀ ਚੋਜੀ ਕਿਹਾ। ਕੀ ਲੋੜ ਪੈ ਗਈ ਗੁਰੂ ਰਾਮਦਾਸ ਜੀ ਨੂੰ ਇੱਕੋ ਪੰਕਤੀ ਵਿੱਚ ਤਿੰਨ ਤਿੰਨ ਵਾਰੀ ਮੇਰਾ ਕਹਿਣ ਦੀ, ਇੱਕੋ ਪੰਕਤੀ ਚ ਤਿੰਨ ਤਿੰਨ ਵਾਰੀ ਚੋਜੀ ਕਹਿਣ ਦੀ? ਇਹਦੇ ਭਾਵ ਨੂੰ ਸਮਝਣਾ ਆਪਾਂ। ਆਓ ਪਹਿਲਾਂ ਪਿਆਰ ਨਾਲ, ਜਦੋਂ ਮੇਰੇ ਕਹਿਣਾ ਚੇਤਾ ਰੱਖਿਓ, ਜਿਹੜੀ ਚੀਜ਼ ਸਾਡੀ ਹੁੰਦੀ ਹੈ
ਸਾਨੂੰ ਉਹਦੇ ਨਾਲ ਲਗਾਵ ਹੁੰਦਾ। ਆਪਾਂ ਸੰਸਾਰ ਵਿੱਚ ਉੱਚੀ ਉੱਚੀ ਕਹਿਣ ਨੂੰ ਤਿਆਰ ਹਾਂ ਵੀ ਇਹ ਮੇਰੀ ਹੈ, ਕੋਈ ਸਾਡੀ ਵਸਤੂ ਖੋਣ ਦਾ ਯਤਨ ਕਰੇ ਆਪਾਂ ਕਹਿੰਦੇ ਹਾਂ ਕਿੱਥੇ ਰੱਖ, ਵਾਹਿਗੁਰੂ ਕਿੱਥੇ ਚੱਲਣਾ, ਇਹ ਵਸਤੂ ਮੇਰੀ ਹੈ। ਮੇਰੀ ਵਿੱਚ ਬੜਾ ਵੱਡਾ ਮੋਹ ਹੁੰਦਾ ਜੇ ਗੁਰਮੁਖੋ। ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਸਭ ਕਿਛੇ ਆਪਣਾ ਇੱਕ ਰਾਮ ਪਰਾਇਆ। ਮਨਮੁਖ ਕਦੀ ਰੱਬ ਨੂੰ ਇਹ ਨਹੀਂ ਕਹਿੰਦਾ ਵੀ ਮੇਰੇ ਆ ਵਾਹਿਗੁਰੂ ਜੀ। ਕਈ ਪਿਆਰ ਵਾਲੇ ਗੁਰਸਿੱਖ ਨੇ ਉਹ ਪਿਆਰ ਵਿੱਚ ਆ ਕੇ ਕਹਿ ਦਿੰਦੇ ਗੁਰੂ ਰਾਮਦਾਸ ਮੇਰੇ ਨੇ, ਮੇਰੇ ਨੇ ਗੁਰੂ ਰਾਮਦਾਸ ਜੀ। ਉਹਦੇ ਕਹਿਣ ਨਾਲ ਇਕੱਲੇ ਉਹਦੇ ਤਾਂ ਨਹੀਂ ਹੋਣੇ, ਰਹਿਣੇ ਤਾਂ ਸਾਰਿਆਂ ਦੇ ਆ, ਪਰ ਗੁਰਮੁਖੋ ਇੱਕ ਪ੍ਰੇਮ ਹੈ। ਮੇਰਾ ਸ਼ਬਦ ਬੜਾ ਮਿੱਠਾ ਜੇ ਹਉਮੈ ਨਾ ਹੋਵੇ ਤੇ, ਜੇ ਹੰਕਾਰ ਨਾ ਹੋਵੇ ਤੇ ਮੇਰਾ ਮੇਰੇ ਇਹ ਕਹਿਣ ਵਿੱਚ ਵੀ ਬੜਾ ਆਨੰਦ ਹੈ। ਆਓ ਪਿਆਰ ਨਾਲ ਪੜਿਓ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ ਜਪੋ। ਚੋਜੀ ਮੇਰੇ, ਚੋਜੀ ਮੇਰੇ ਹਰ ਪ੍ਰਭ ਮੇਰਾ ਗੱਜ ਕੇ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਹਰ ਪ੍ਰਭ ਮੇਰਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ ਮੇਰੇ, ਹੁਣ ਇਸੇ ਪੰਕਤੀ ਨੂੰ ਇਸ ਭਾਵ ਦੇ ਵਿੱਚ ਪੜ੍ਹਿਓ ਵੀ ਗੁਰੂ ਰਾਮਦਾਸ ਜੀ ਵੀ ਬੋਲ ਰਹੇ ਨੇ, ਮਹਾਰਾਜ ਵੀ ਆਪਣੇ ਵਾਹਿਗੁਰੂ ਦੀ ਸਿਫਤ ਕਰ ਰਹੇ। ਕਿੰਨੇ ਪਿਆਰ ਵਿੱਚ ਮਹਾਰਾਜ ਨੇ ਪੰਕਤੀਆਂ ਉਚਾਰੀਆਂ, ਕਿਸ ਭਾਵ ਵਿੱਚ ਉਚਾਰੀਆਂ, ਜਿਸ ਪ੍ਰੇਮ ਦੇ ਭਾਵ ਵਿੱਚ ਗੁਰੂ ਰਾਮਦਾਸ ਸਾਹਿਬ ਇਹਨਾਂ ਪੰਕਤੀਆਂ ਨੂੰ ਉਚਾਰ ਰਹੇ ਹੈ ਨਾ ਗੁਰਮੁਖੋ, ਗੁਰੂ ਸਾਹਿਬ ਤਰਸ ਕਰਨ ਕਿਤੇ ਉਹ ਭਾਵ ਸਾਡੇ ਦਿਲ ਵਿੱਚੋਂ ਵੀ ਪੈਦਾ ਹੋਵੇ ਜੀ। ਫਿਰ ਜਪਿਓ ਇੱਕ ਵਾਰੀ, ਗ੍ਰੰਥਾਂ ਦੇ ਬੋਲ ਨੇ ਗੁਰ ਕੀਰਤ ਕੋ ਅਪਰੋਖ ਕਰੇ। ਕਹਿੰਦੇ ਭਾਈ ਗੁਰੂ ਦੀ ਕੀਰਤੀ ਗੁਰੂ ਦੇ ਸਾਹਮਣੇ ਕਰਨੀ ਚਾਹੀਦੀ ਹੈ, ਰੱਜ ਰੱਜ ਕੇ ਕਰਨੀ ਚਾਹੀਦੀ ਹੈ, ਵਾਰ ਵਾਰ ਕਰਨੀ ਚਾਹੀਦੀ ਹੈ। ਜਿੰਨੀ ਗੁਰੂ ਦੀ ਕੀਰਤੀ ਕਰੋਗੇ ਓਨਾ ਭਲਾ ਹੋਏਗਾ। ਪਿਆਰ ਨਾਲ ਉਸ ਭਾਵ ਵਿੱਚ ਜਿਹੜਾ ਪਿਆਰ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਨਾਲ ਕਰਦੇ ਆ, ਵਾਹਿਗੁਰੂ ਨਾਲ ਕਰਦੇ ਆ, ਉਸ ਪਿਆਰ ਵਿੱਚ ਆ ਕੇ ਖੁੱਲ ਕੇ ਬੋਲਿਓ ਇੱਕ ਵਾਰੀ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ ਮੇਰੇ,
ਹਰ ਪ੍ਰਭ ਮੇਰਾ। ਆਓ ਹੁਣ ਪਹਿਲਾਂ ਚੋਜੀ ਸ਼ਬਦ ਨੂੰ ਸਮਝੀਏ ਵੀ ਚੋਜੀ ਕਹਿੰਦੇ ਕਿਹਨੂੰ। ਜਿਹੜਾ ਚੋਜੀ ਸ਼ਬਦ ਹੈ ਇਹ ਚੋਜ ਤੋਂ ਬਣਿਆ ਗੁਰਮੁਖ, ਚੋਜ ਤੋਂ। ਜਿਹੜਾ ਚੋਜ ਸ਼ਬਦ ਹੈ ਇਹ ਦੋ ਸ਼ਬਦਾਂ ਤੋਂ ਇੱਕ ਸ਼ਬਦ ਕੀਤਾ। ਚਿੱਤ ਦੇ ਉਤਸ਼ਾਹ ਵਿੱਚੋਂ ਜਿਹੜਾ ਕੰਮ ਪੈਦਾ ਹੋਵੇ ਉਹਨੂੰ ਚੋਜ ਕਹਿੰਦੇ ਆ। ਚੋਜੀ ਦੇ, ਚੋਜ ਦੇ, ਚੱਚੇ ਦੇ ਵਿੱਚ ਭਾਵ ਹੈ ਚਿੱਤ। ਜਦੋਂ ਚਿੱਤ ਚੋਂ ਉਤਸ਼ਾਹ ਪੈਦਾ ਹੋਵੇ ਨਾ, ਜਿਹੜਾ ਸਾਡਾ ਚਿੱਤ ਹੈ, ਜਿਹੜਾ ਸਾਡਾ ਹਿਰਦਾ ਹੈ, ਉਹਦੇ ਵਿੱਚੋਂ ਉਤਸ਼ਾਹ ਪੈਦਾ ਹੋਵੇ ਤੇ ਗੁਰਮੁਖੋ ਚੇਤਾ ਰੱਖਿਓ, ਕਦੀ ਕਦੀ ਇਹ ਸਮਾਂ ਕਿਸੇ ਗੁਰਮੁਖ ਦੇ ਉੱਤੇ ਆਉਂਦਾ। ਚਿੱਤ ਵਿੱਚੋਂ ਉਤਸ਼ਾਹ ਪੈਦਾ ਹੋਣਾ, ਮਹਾਰਾਜ ਦੀ ਬਾਣੀ ਪੜ੍ਹਨੀ ਤੇ ਮਹਾਰਾਜ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਇਕਾਗਰਤਾ ਬਣਨੀ, ਅੰਦਰ ਰਸ ਬਣਨਾ, ਅੰਦਰ ਜੁੜ ਜਾਣਾ। ਤੁਸੀਂ ਜਿੰਨੇ ਬੈਠੇ ਹੋ, ਸੰਗਤ ਕਰਨ ਵਾਲੇ ਬੈਠੇ ਹੋ, ਕਦੀ ਕਦੀ ਬਾਣੀ ਵਿੱਚ ਚਿੱਤ ਜੁੜਦਾ ਹੈ। ਚੇਤਾ ਰੱਖਿਓ, ਆਮ ਲੋਕ ਸਾਨੂੰ ਕਹਿੰਦੇ ਆ ਗਿਆਨੀ ਜੀ ਸਾਡਾ ਬਾਣੀ ਪੜ੍ਹਦਿਆਂ ਚਿੱਤ ਨਹੀਂ ਲੱਗਦਾ, ਸਾਡਾ ਚਿੱਤ ਨਹੀਂ ਲੱਗਦਾ। ਕਦੀ ਕਦੀ ਹੁੰਦਾ ਹੈ ਵੀ ਚਿੱਤ ਲੱਗਦਾ, ਚਿੱਤ ਜੁੜਦਾ। ਔਰ ਜਿਸ ਦਿਨ ਚਿੱਤ ਜੁੜਦਾ ਹੈ ਨਾ ਗੁਰਮੁਖੋ, ਬਾਣੀ ਪੜ੍ਹਦਿਆਂ ਗੁਰਮੰਤਰ ਵਿੱਚ, ਕਥਾ ਵਿੱਚ, ਕੀਰਤਨ ਵਿੱਚ, ਉਸ ਦਿਨ ਅੰਦਰ ਨੂੰ ਆਨੰਦ ਪ੍ਰਾਪਤ ਹੁੰਦਾ ਜੀ। ਉਹ ਜਿਹੜਾ ਆਨੰਦ ਹੈ ਉਹ ਇੱਕ ਐਨਰਜੀ ਦਾ ਰੂਪ ਧਾਰਨ ਕਰਦਾ ਹੈ। ਚਿੱਤ ਦੇ ਵਿੱਚ ਜਿਹੜਾ ਉਤਸ਼ਾਹ ਬਣਦਾ ਉਹਨੂੰ ਕਹਿੰਦੇ ਚਿੱਤ ਓਜ। ਚਿੱਤ ਓਜ ਤੋਂ ਬਣਿਆ ਚੋਜ। ਜਦੋਂ ਕੋਈ ਸੁਤੰਤਰ ਹਸਤੀ ਬੜੇ ਆਨੰਦ ਵਿੱਚ ਆ ਕੇ ਕੋਈ ਕਾਰਜ ਕਰੇ ਉਹਨੂੰ ਕਹਿੰਦੇ ਆ ਇਹਨੇ ਚੋਜ ਕੀਤਾ। ਬਹੁਤ ਵਾਰ ਸ਼ਬਦ ਵਰਤਿਆ ਜਾਂਦਾ ਚੋਜੀ, ਸਤਿਗੁਰਾਂ ਨੂੰ ਚੋਜੀ ਪ੍ਰੀਤਮ ਵੀ ਕਿਹਾ ਜਾਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਤਾਂ ਬਹੁਤੇ ਪ੍ਰੇਮੀ ਸ਼ਬਦ ਵਰਤਦੇ ਚੋਜੀ ਪ੍ਰੀਤਮ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਚੋਜੀ ਪਿਆਰੇ ਵੀ ਸ਼ਬਦ ਵਰਤਿਆ ਜਾਂਦਾ ਜੀ। ਜਿਹੜਾ ਚਿੱਤ ਦੇ ਆਨੰਦ ਦੇ ਵਿੱਚ ਜਾ ਕੇ ਕੀਤਾ ਜਾਵੇ ਕਾਰਜ, ਸੁਤੰਤਰ ਹਸਤੀ ਉਹ ਕਾਰਜ ਕਰੇ ਜਿੱਥੇ ਆਨੰਦ ਦੀ ਅਵਸਥਾ ਬਹੁਤ ਜ਼ਿਆਦਾ ਹੋਵੇ, ਗੁਰਮੁਖੋ ਉੱਥੇ ਚੋਜ ਵਰਤਦਾ। ਚੇਤਾ ਰੱਖਿਓ, ਇਸ ਸ਼ਬਦ ਦੀ ਦੁਰਵਰਤੋਂ ਵੀ ਕੀਤੀ ਜਾਂਦੀ। ਉਹ ਕਿਵੇਂ? ਮਾੜਾ ਬੰਦਾ ਜਾਣ ਬੁੱਝ ਕੇ ਗਲਤ ਕੰਮ ਕਰੇ, ਕਈ ਵਾਰੀ ਉਹਦਾ ਸਾਥੀ ਪਰਦਾ ਪਾਉਣ ਵਾਸਤੇ ਕਹਿੰਦੇ ਕੋਈ ਨੀ ਜੀ ਇਹ ਤਾਂ ਇਹਦਾ ਚੋਜ ਹੈ, ਅਸਲ ਵਿੱਚ ਉਹ ਸ਼ਬਦ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ। ਚੋਜ ਕਰਦੇ ਆ ਫਕੀਰ ਲੋਕ, ਪਰਮਾਤਮਾ ਦੇ ਪਿਆਰੇ ਜਾਂ ਕਰਦਾ ਚੋਜ ਪਰਮਾਤਮਾ। ਹਰ ਰੋਜ਼ ਰਹਿਰਾ ਸਾਹਿਬ ਦਾ ਪਾਠ ਜਦੋਂ ਅਸੀਂ ਕਰਦੇ ਹਾਂ ਤੇ ਰਹਿਰਾ ਸਾਹਿਬ ਦੇ ਪਾਠ ਵਿੱਚ ਬਚਨ ਆਉਂਦਾ ਹੈ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਹੇ ਵਾਹਿਗੁਰੂ, ਇੱਕ ਬੰਦਾ ਦਾਤਾ ਹੈ ਜੀ, ਉਹ ਦਾਨ ਵੰਡ ਰਿਹਾ, ਇੱਕ ਉਹਦੇ ਕੋਲ ਹੀ ਆ ਕੇ ਭੀਖ ਮੰਗ ਰਿਹਾ,
ਭਿਖਾਰੀ ਬਣਿਆ ਹੋਇਆ ਹੈ। ਗੁਰੂ ਰਾਮਦਾਸ ਸਾਹਿਬ ਜੀ ਦੀ ਇਹ ਪੰਕਤੀ ਚ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਹੇ ਵਾਹਿਗੁਰੂ ਇਹ ਸਾਰੇ ਤੇਰੇ ਚੋਜ ਨੇ। ਕਿਉਂ? ਜਿੰਨਾ ਸੰਸਾਰ ਪੈਦਾ ਹੋਇਆ ਗੁਰਮੁਖੋ ਇਹ ਸਾਰਾ ਸੰਸਾਰ ਹੀ ਵਾਹਿਗੁਰੂ ਦਾ ਇੱਕ ਚੋਜ ਹੈ। ਮੈਂ ਸ਼ਬਦ ਪੜ੍ਹ ਕੇ ਵੇਖ ਰਿਹਾ ਸਾਂ ਇਹ ਸਾਰਾ ਗੁਰੂ ਰਾਮਦਾਸ ਉਹਦੇ ਵਿੱਚ ਕਹਿ ਰਹੇ ਆ, ਹੇ ਮੇਰੇ ਪਿਆਰੇ ਤੁਸੀਂ ਆਪੇ ਹੀ ਕ੍ਰਿਸ਼ਨ ਜੀ ਨੂੰ ਪੈਦਾ ਕੀਤਾ, ਹਰ ਆਪੇ ਕਾਨ ਉਪਾਏ ਦਾ ਮੇਰੇ ਗੋਬਿੰਦਾ। ਅਗਲੀ ਪੰਕਤੀ ਹੈ ਇਹਦੇ ਨਾਲ ਹੀ, ਹਰ ਆਪੇ ਗੋਪੀ ਖੋਜੀ ਜੀ, ਆਪੇ ਤੁਸੀਂ ਗੋਪੀਆਂ ਬਣਾਈਆਂ, ਆਪੇ ਤੁਸੀਂ ਕ੍ਰਿਸ਼ਨ ਜੀ ਨੂੰ ਬਣਾਇਆ ਔਰ ਆਪ ਹੀ ਉਹਨਾਂ ਗੋਪੀਆਂ ਨੂੰ ਖੋਜਣ ਵਾਲੇ ਕਾਨਾ ਬਣੇ ਹੋਏ ਹੋ। ਇਹਦਾ ਮਤਲਬ ਇਹ ਹੈ ਕਿ ਸਾਰੇ ਪਾਸੇ ਉਹ ਵਾਹਿਗੁਰੂ ਵਰਤ ਰਿਹਾ, ਉਹ ਵਾਹਿਗੁਰੂ ਦੀ ਖੇਡ ਵਰਤ ਰਹੀ ਹੈ। ਤੇ ਹੁਣ ਇਹਦਾ ਭਾਵ ਸਮਝਿਓ ਗੁਰਮੁਖੋ, ਸਾਰਾ ਸੰਸਾਰ, ਕਿਉਂਕਿ ਜਦੋਂ ਇਹ ਸ਼ਬਦ ਪੜੋਗੇ ਉਸ ਸ਼ਬਦ ਵਿੱਚ ਲਗਭਗ ਸੰਸਾਰ ਦੇ ਹਰ ਫਿਰਕੇ ਦਾ ਨਾਂ ਆਉਂਦਾ ਹੈ। ਲੰਬਾ ਸ਼ਬਦ, ਚਾਰ ਪਦਿਆਂ ਵਾਲਾ ਸ਼ਬਦ, ਉਹਦੇ ਵਿੱਚ ਆਖਿਆ ਸੰਸਾਰ ਦੀ ਰਚਨਾ ਵੀ ਤੂੰ ਕੀਤੀ ਹੈ। ਇੱਕ ਬੰਦਾ ਜੰਗਲ ਵਿੱਚ ਨਗਨ ਫਿਰ ਰਿਹਾ, ਹੇ ਵਾਹਿਗੁਰੂ ਉਹਨਾਂ ਨਗਨ ਫਿਰਨ ਵਾਲਿਆਂ ਵਿੱਚ ਵੀ ਤੂੰ ਆਪ ਹੈ, ਵੀ ਤੇਰਾ ਚੋਜ ਹੈ, ਇਹ ਵੀ ਤੇਰਾ ਚੋਜ ਹੈ। ਇੱਕ ਬੰਨੇ ਆਖਿਆ ਤੂੰ ਹਰ ਇੱਕ ਬੰਨੇ ਤੂੰ ਕਥਾ ਕਰ ਰਿਹਾ, ਇੱਕ ਬੰਨੇ ਤੂੰ ਬੈਠ ਕੇ ਕਥਾ ਸੁਣ ਰਿਹਾ, ਇਹ ਵੀ ਤੇਰਾ ਚੋਜ ਹੈ, ਇਹ ਵੀ ਤੇਰਾ ਕੌਤਕ ਹੈ। ਚੋਜ ਦਾ ਅਰਥ ਇੱਕ ਵਿਦਵਾਨ ਨੇ ਕੌਤਕ ਵੀ ਕੀਤਾ ਜੀ, ਇਹ ਵੀ ਤੇਰਾ ਕੌਤਕ ਹੈ। ਇੱਕ ਬੰਨੇ ਕੋਈ ਰੋ ਰਿਹਾ, ਇੱਕ ਬੰਨੇ ਕੋਈ ਹੱਸ ਰਿਹਾ, ਹੇ ਵਾਹਿਗੁਰੂ ਇਹ ਵੀ ਤੇਰਾ ਚੋਜ ਹੈ, ਇਹ ਵੀ ਤੇਰਾ ਕੌਤਕ ਹੈ। ਫਿਰ ਬੇਨਤੀ ਕਰਦਾ, ਸਾਰੇ ਸੰਸਾਰ ਦੀ ਰਚਨਾ ਹੀ ਉਸ ਵਾਹਿਗੁਰੂ ਦਾ ਚੋਜ ਚ ਗੁਰਮੁਖੋ, ਉਸ ਵਾਹਿਗੁਰੂ ਦਾ ਕੌਤਕ ਹੈ। ਮਹਾਰਾਜ ਨੇ ਜਾਪ ਸਾਹਿਬ ਚ ਵੀ ਇਹਦਾ ਜ਼ਿਕਰ ਕੀਤਾ ਇਸੇ ਅਵਸਥਾ ਦਾ, ਤੇ ਚੌਪਈ ਸਾਹਿਬ ਵਿੱਚ ਵੀ ਇਸ ਅਵਸਥਾ ਦਾ ਜ਼ਿਕਰ ਕੀਤਾ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਪਹਿਲਾਂ ਇਹ ਭਾਵ ਸੁਣਿਓ, ਮਹਾਰਾਜ ਨੇ ਬ੍ਰਹਮ ਗਿਆਨ ਦੀ ਅਵਸਥਾ ਦੀ ਇਹ ਪੰਕਤੀ ਉਚਾਰਨ ਕੀਤੀ ਹੈ। ਬ੍ਰਹਮ ਗਿਆਨੀ ਇਸ ਅਵਸਥਾ ਨੂੰ ਸਮਝ ਸਕਦਾ ਹੈ ਜਿਹੜਾ ਜੁੜਿਆ ਹੋਇਆ। ਇੱਕ ਬੰਨੇ ਹੇ ਵਾਹਿਗੁਰੂ ਤੂੰ ਰਾਜਾ ਬਣ ਕੇ ਬੈਠਾ, ਕਹੂੰ ਫੂਲ ਰਾਜਾ ਹੋਇਆ ਬੈਠਾ, ਫੁੱਲ ਕੇ ਐਨ ਰਾਜਾ ਬਣ ਕੇ ਬੈਠਾ, ਕਹੂੰ ਸਿਮਟ ਪਇਓ ਸੰਕਰ ਇਕੱਠਾ। ਕਿਤੇ ਤੂੰ ਇਕੱਠਾ ਹੋ ਕੇ ਸਿਮਟ ਕੇ ਇੱਕ ਪਾਸੇ ਬੈਠਾ, ਰਾਜੇ ਵਿੱਚ ਵੀ ਤੂੰ ਹੈ, ਇੱਕ ਪਾਸੇ ਬਹਿਣ ਵਾਲੇ ਵਿੱਚ ਵੀ ਤੂੰ ਆਪ ਹੈ। ਮਹਾਰਾਜ ਸਾਹਿਬ ਨੇ ਫਿਰ ਜਾਪ ਸਾਹਿਬ ਚ ਵੀ ਕਿਰਪਾ ਕੀਤੀ, ਖੇਲ ਖੇਲਣ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਹੇ ਵਾਹਿਗੁਰੂ ਸੰਸਾਰ ਬਣਾ ਕੇ ਸੰਸਾਰ ਦੀ ਖੇਡ ਤੂੰ ਖੇਡ ਰਿਹਾ, ਚੋਜ ਕਰ ਰਿਹਾ। ਚੇਤਾ ਰੱਖਿਓ ਚੋਜ ਇੱਕ ਦਿਨ ਸਿਮਟ ਜਾਂਦਾ ਚੇ, ਪਰ ਚੋਜ ਕਰਨ ਵਾਲਾ ਬਾਅਦ ਵਿੱਚ ਇਕੱਲਾ ਹੀ ਰਹਿ ਜਾਂਦਾ। ਜਿਵੇਂ ਆ ਕੀਰਤਨ ਸਮਾਗਮ ਹੋ ਰਿਹਾ, ਇੱਕ ਚੋਜ ਹੈ ਵਾਹਿਗੁਰੂ ਦਾ, ਇੱਕ ਕੌਤਕ ਹੈ, ਇੱਕ ਸਭਾ ਲੱਗੀ ਹੈ। ਆਪਾਂ ਬੈਠ ਕੇ ਗੁਣ ਗਾ ਰਹੇ ਹਾਂ, ਗੁਣ ਸੁਣ ਰਹੇ ਹਾਂ, ਪਰ ਨਿਯਤ ਸਮੇਂ ਦੇ ਨਾਲ ਗੁਰਮੁਖੋ ਇਹਦੀ ਸੰਪੂਰਨਤਾ ਦੀ ਅਰਦਾਸ ਹੋ ਜਾਏਗੀ
ਪਰ ਇਹ ਅਸਥਾਨ ਉਵੇਂ ਰਹੇਗਾ, ਗੁਰੂ ਗ੍ਰੰਥ ਸਾਹਿਬ ਉਵੇਂ ਰਹਿਣਗੇ। ਸੰਸਾਰ ਦੀ ਖੇਡ ਵਾਹਿਗੁਰੂ ਖੇਡ ਰਿਹਾ, ਖੇਡ ਖੇਡ ਕੇ ਮੁੜ ਸੰਸਾਰ ਨੇ ਲੈ ਹੋ ਜਾਣਾ ਤੇ ਗੁਰਮੁਖੋ ਰਹਿ ਫਿਰ ਉਸ ਵਾਹਿਗੁਰੂ ਨੇ ਜਾਣਾ। ਬਹੁਤ ਥਾਵਾਂ ਤੇ ਮਹਾਰਾਜ ਸਵਈਆਂ ਵਿੱਚ ਕਿਰਪਾ ਕਰਦੇ, ਸਤਿਗੁਰੂ ਕਹਿੰਦੇ ਆ ਆਪੇ ਨਾਰ ਆਪੇ ਫੁੰਨ ਨਾਰੀ, ਕਿਤੇ ਤੂੰ ਬੰਦਾ ਬਣਿਆ ਬੈਠਾ ਹੈ ਵਾਹਿਗੁਰੂ, ਕਿਤੇ ਤੂੰ ਕੱਲਾ ਬੈਠਾ ਇਸਤਰੀ ਦਾ ਰੂਪ ਧਾਰਨ ਕਰਕੇ ਬੈਠਾ। ਜਦੋਂ ਮਹਾਰਾਜ ਦੇ ਸਵਈਏ ਪੜ੍ਹਦੇ ਹਨ ਕਬਿਤ ਅਕਾਲ ਉਸਤਤ ਦੀ ਬਾਣੀ, ਸਾਰੀ ਬਾਣੀ ਬ੍ਰਹਮ ਗਿਆਨ ਦੀ ਅਵਸਥਾ ਚ ਉੱਥੇ ਦੱਸਦੇ, ਕਹਿੰਦੇ ਕਹੂੰ ਰਾਜਾ ਕਹੂੰ ਰਾਣੀ ਕਹੂੰ ਕੋਕ ਕੀ ਕਹਾਣੀ, ਹੇ ਵਾਹਿਗੁਰੂ ਤੇਰੇ ਚੋਜ ਵੇਖ ਕਿਤੇ ਤੂੰ ਰਾਜਾ ਕਿਤੇ ਤੂੰ ਰਾਣੀ, ਕਿਤੇ ਤੂੰ ਕਾਮ ਦੀ ਕਹਾਣੀ ਹੈ ਕਿਤੇ ਤੂੰ ਆਮ ਸੰਸਾਰੀਆਂ ਦੀ ਤਰ੍ਹਾਂ ਵਿਚਰ ਰਿਹਾ, ਕਿਤੇ ਤੂੰ ਬ੍ਰਹਮ ਗਿਆਨੀ ਬਣਿਆ ਹੈ। ਇੱਕ ਥਾਂ ਤੇ ਗੁਰੂ ਰਾਮਦਾਸ ਦੀ ਬਾਣੀ ਚ ਕਹਿੰਦੇ ਕਹਿੰਦੇ ਉਹਦਾ ਚੋਜ ਹੈ ਹਰ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ। ਇਹ ਵੀ ਤਾਂ ਉਸ ਵਾਹਿਗੁਰੂ ਦਾ ਇੱਕ ਚੋਜ ਹੈ, ਉਹਦੇ ਚਿੱਤ ਦੇ ਅੰਦਰੋਂ ਪੈਦਾ ਹੋਇਆ ਇੱਕ ਉਤਸ਼ਾਹ ਹੈ। ਚੇਤਾ ਰੱਖਿਓ ਮਹਾਰਾਜ ਸੱਚੇ ਪਾਤਸ਼ਾਹ ਚੋਜ ਵਰਤਾਉਂਦੇ ਆ, ਚੋਜ ਵਰਤਾ ਕੇ ਮੁੜ ਸੰਕੋਚ ਕੇ ਆਪਣੀ ਹਸਤੀ ਨੂੰ ਉਵੇਂ ਰੱਖ ਲੈਂਦੇ ਹੈ। ਹੁਣ ਇਹਦਾ ਅੱਗੇ ਚੱਲੀਏ ਜੀ ਆਪਾਂ। ਚੋਜੀ ਚੋਜੀ ਉਹ ਹੈ ਜਿਹੜਾ ਚੋਜ ਕਰਦਾ, ਜਿਹੜਾ ਕੌਤਕ ਕਰਦਾ ਉਹਨੂੰ ਕੌਤਕੀ ਕਹਿੰਦੇ ਆ। ਤਿੰਨ ਵਾਰੀ ਚੋਜੀ ਲਿਖਣ ਦਾ ਭਾਵ ਕੀ, ਇੱਕ ਪੰਕਤੀ ਵਿੱਚ ਤਿੰਨ ਵਾਰੀ ਚੋਜੀ ਲਿਖਿਆ, ਇਹਦਾ ਭਾਵ ਸਮਝਿਓ। ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜੀਓ। ਇਹਦਾ ਭਾਵ ਇਹ ਸੀ ਭੂਤ ਕਾਲ ਵਿੱਚ ਵੀ ਤੂੰ ਚੋਜੀ ਸੈਂ, ਹੇ ਵਾਹਿਗੁਰੂ। ਜਦੋਂ ਜਿਹੜਾ ਸਮਾਂ ਬੀਤ ਗਿਆ, ਜਿਸ ਸਮੇਂ ਬਾਰੇ ਸਾਨੂੰ ਕਿਤਾਬਾਂ ਪੜ੍ਹਨੀਆਂ ਪੈਂਦੀਆਂ, ਇਤਿਹਾਸ ਪੜ੍ਹਨਾ ਪੈਂਦਾ ਹੈ, ਉਸ ਸਮੇਂ ਵਿੱਚ ਵੀ ਤੂੰ ਚੋਜੀ ਸੈਂ। ਹੁਣ ਆ ਸਮਾਂ ਚੱਲ ਰਿਹਾ ਜੀ, ਇਸ ਸਮੇਂ ਵਿੱਚ ਵੀ ਮਹਾਰਾਜ ਤੁਸੀਂ ਚੋਜੀ ਹੋ, ਉਹ ਮੇਰਾ ਪਿਆਰਾ ਹੁਣ ਵੀ ਚੋਜੀ ਹੈ। ਤੇ ਚੇਤਾ ਰੱਖਿਓ ਆਉਣ ਵਾਲੇ ਸਮੇਂ ਵਿੱਚ ਕਿਤੇ ਉਹਦੇ ਚੋਜ ਮੁੱਕ ਜਾਣੇ ਆ ਸਾਧ ਸੰਗਤ ਦੀ, ਮਹਾਰਾਜ ਦੇ ਚੋਜ ਮੁੱਕ ਜਾਣਗੇ ਕਿਤੇ ਖਤਮ ਹੋ ਜਾਣਗੇ। ਨਹੀਂ ਗੁਰਮੁਖੋ, ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਚੋਜੀ ਹੀ ਰਹਿਣਾ। ਬੰਦੇ ਦੀ ਅਵਸਥਾ ਦਾ ਪਤਾ ਨਹੀਂ ਜੇ ਕੋਈ, ਪਰ ਉਸ ਵਾਹਿਗੁਰੂ ਨੇ ਵਾਹਿਗੁਰੂ ਪਹਿਲਾਂ ਵੀ ਚੋਜੀ ਸੀ, ਹੁਣ ਵੀ ਚੋਜੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਚੋਜੀ ਰਹਿਣਾ, ਉਹਨੇ ਕੌਤਕ ਕਰਦੇ ਰਹਿਣਾ। ਚੇਤਾ ਰੱਖਿਓ ਅੱਜ 450 ਸਾਲਾਂ ਮਨਾਉਂਦੇ ਆਪਾਂ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਦਿਵਸ। 450 ਸਾਲ ਪਹਿਲਾਂ ਮਹਾਰਾਜ ਜੋਤੀ ਜੋਤ ਸਮਾਏ, ਉਦੋਂ ਵੀ ਮਹਾਰਾਜ ਚੋਜੀ ਸਨ, ਹੁਣ ਵੀ ਚੋਜੀ ਹੈ। ਅੱਜ ਤੋਂ 400 ਸਾਲ ਪਹਿਲਾਂ ਕਹਿ ਲਈਏ ਕਿ ਬੇਬੀ ਰਜਨੀ ਦਾ ਕੋੜੀ ਪਤੀ ਠੀਕ ਹੋਇਆ ਜੀ, ਮਹਾਰਾਜ ਇੱਥੇ ਬੈਠੇ ਸੀ ਜਦੋਂ ਬੀਬੀ ਰਜਨੀ ਆਈ, ਸੰਤੋਖ ਸਰ ਆਈ ਬੀਬੀ ਰਜਨੀ, ਮਹਾਰਾਜ ਉੱਥੇ ਗਏ, ਸਰੋਵਰ ਪ੍ਰਗਟ ਹੋਇਆ। ਗੁਰਮੁਖੋ 400 ਸਾਲ ਪਹਿਲਾਂ ਕਿਰਪਾ ਵਰਤਦੀ ਸੀ ਹਰਿਮੰਦਰ ਸਾਹਿਬ, ਪਰ ਉਹ ਚੋਜ ਕਿਤੇ ਖਤਮ ਹੋ ਗਏ। 450 ਸਾਲ ਬਾਅਦ ਵੀ ਉਹ ਚੋਜ ਵਰਤਦੇ ਆ, ਤੇ ਗੁਰਮੁਖੋ ਭਾਵੇਂ 1000 ਸਾਲ 2000 ਸਾਲ ਵੀ ਹੋ ਜਾਣ, ਉਹਦੇ ਚੋਜਾਂ ਨੇ ਨੀਚੇ ਮੁੱਕਣਾ, ਉਹਨੇ ਫਿਰ ਚੋਜੀ ਦਾ ਚੋਜੀ ਹੀ ਰਹਿਣਾ ਹੈ।
ਮਹਾਰਾਜ ਦੇ ਕੌਤਕ ਜਿਹੜੇ ਆ ਨਾ, ਚੇਤਾ ਰੱਖਿਓ, ਜੇ ਚੋਜੀ ਦੇ ਕੌਤਕ ਸਾਨੂੰ ਸਮਝ ਆ ਜਾਣ ਤੇ ਗੁਰਮੁਖੋ ਫਿਰ ਤਾਂ ਅਸੀਂ ਵੀ ਚੋਜੀ ਦੇ ਨਾਲ ਦੇ ਹੀ ਬਣ ਗਏ, ਫਿਰ ਤਾਂ ਅਸੀਂ ਵੀ ਉਸੇ ਚੋਜੀ ਦਾ ਰੂਪ ਹੋ ਗਏ। ਪਰ ਗੁਰਮੁਖੋ ਉਸ ਚੋਜੀ ਪਿਆਰੇ ਵਾਹਿਗੁਰੂ ਦੇ ਤੇ ਵਾਹਿਗੁਰੂ ਦੇ ਰੂਪ ਸਤਿਗੁਰੂ ਦੇ ਚੋਜ ਸਮਝਣ ਵਾਸਤੇ ਹਿਰਦਾ ਬਹੁਤ ਵੱਡਾ ਚਾਹੀਦਾ ਜੀ। ਸਾਰੇ ਚੋਜ ਉਹਦੇ ਸਮਝ ਵਿੱਚ ਨਹੀਂ ਜੇ ਆ ਸਕਦੇ। ਮਹਾਰਾਜ ਗੁਰੂ ਰਾਮਦਾਸ ਜੀ ਦਾ ਦਿਹਾੜਾ ਮਨਾ ਰਹੇ ਹਾਂ ਔਰ ਗੁਰੂ ਅਮਰਦਾਸ ਜੀ ਦਾ ਅੱਜ ਜੋਤੀ ਜੋਤ ਦੇਣਾ। ਦੋਵਾਂ ਸਤਿਗੁਰਾਂ ਦਾ ਪਿਆਰ ਬਹੁਤ ਜ਼ਿਆਦਾ ਜੀ। ਮੈਂ ਇੱਕ ਚੋਜ ਦਾ ਜ਼ਿਕਰ ਕਰਾਂ ਜਿਹੜਾ ਸਾਡੀ ਸਮਝ ਤੋਂ ਪਰਾਂ ਚ ਗੁਰਮੁਖ ਪਰ ਉਹ ਵਰਤਦਾ, ਸਾਨੂੰ ਮੰਨਣਾ ਪਏਗਾ। ਸਾਡੀ ਹੁੰਦਾ ਸਮਝ ਤੋਂ ਪਰਾਂ, ਜ਼ਰੂਰੀ ਨਹੀਂ ਹੈ ਜਿਵੇਂ ਸੰਸਾਰੀ ਗੱਲ ਸਾਰੀਆਂ ਗੱਲਾਂ ਬੁੱਧੀ ਚ ਸਮਾਉਂਦੀਆਂ ਨੇ, ਉਵੇਂ ਰੱਬ ਦੀਆਂ ਖੇਡਾਂ ਵੀ ਬੁੱਧੀ ਵਿੱਚ ਸਮਾ ਜਾਣ, ਇਹ ਗੱਲ ਜ਼ਰੂਰੀ ਨਹੀਂ ਹੈ। ਗੁਰਮੁਖੋ ਚੇਤਾ ਰੱਖਿਓ, ਰੱਬ ਦੀ ਖੇਡ ਤਾਂ ਬਹੁਤ ਵੱਡੀ ਹੈ। ਸਾਹਮਣੇ ਲਾਈਵ ਚੱਲ ਰਿਹਾ, ਇਹ ਜਿਹੜਾ ਲਾਈਵ ਚੱਲ ਰਿਹਾ ਤੁਸੀਂ ਸੋਚੋ ਵੀ ਤਾਰਾਂ ਹੀ ਨੇ, ਪਰ ਲੱਖਾਂ ਲੋਕ ਘਰ ਵਿੱਚ ਬੈਠ ਕੇ ਵੇਖ ਰਹੇ ਆ ਕਿਵੇਂ ਇਹ ਸਭ ਕੁਝ ਜਾ ਰਿਹਾ, ਤੁਰ ਕੇ ਜਾ ਰਿਹਾ, ਉੱਡ ਕੇ ਜਾ ਰਿਹਾ। ਇਹਨਾਂ ਨੇ ਸਿਰਫ ਸਵਿੱਚ ਨੱਪਣਾ, ਔਨ ਕਰਨਾ, ਸਾਰਾ ਕੁਝ ਲੋਕਾਂ ਦੇ ਘਰਾਂ ਵਿੱਚ ਪਹੁੰਚ ਜਾਣਾ। ਹੋਰ ਸੌਖਾ ਬੇਨਤੀ ਕਰ ਦਵਾਂ, ਤੁਸੀਂ ਆਪਣੀ ਫੋਟੋ ਨੈੱਟ ਦੇ ਕਿਸੇ ਸਾਧਨ ਰਾਹੀਂ ਵੀ ਬਾਹਰਲੇ ਦੇਸ਼ ਭੇਜਣੀ, ਕੈਨੇਡਾ ਭੇਜਣੀ ਹੈ, ਸਿਰਫ ਇੱਕ ਸਵਿੱਚ ਨੱਪਣਾ, ਗੁਰਮੁਖੋ ਫੋਟੋ ਪਹੁੰਚ ਜਾਣੀ ਹੈ। ਤੁਸੀਂ ਫੋਟੋ ਨੂੰ ਉੱਡਦਿਆਂ ਵੇਖਿਆ ਕਿਹੜੀ ਤਾਰ ਨਾਲ ਲਟਕ ਕੇ ਉਹ ਫੋਟੋ ਜਾ ਰਹੀ ਸਾਡੀ, ਬਸ ਖਿੰਨ ਲੱਗਦਾ ਜੀ, ਰੇਂਜ ਆਉਂਦੀ ਹੋਵੇ ਫੋਟੋ ਉੱਥੇ ਪਹੁੰਚ ਜਾਂਦੀ ਹੈ। ਸਾਡੀ ਤਾਂ ਆਮ ਬੰਦੇ ਨੇ ਗੱਲ ਬਣਾਈ ਹੈ, ਉਹ ਨਹੀਂ ਸਮਝ ਆ ਰਹੀ, ਉਹ ਨਹੀਂ ਅਸੀਂ ਪੂਰੀ ਵਿਆਖਿਆ ਕਰ ਸਕਦੇ। ਆਮ ਬੰਦੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਵਿਆਖਿਆ ਨਹੀਂ ਹੋ ਸਕਦੀ। ਗੁਰਮੁਖੋ ਉਸ ਵਾਹਿਗੁਰੂ ਦੀ ਕਿਵੇਂ ਵਿਆਖਿਆ ਹੋਏਗੀ, ਉਹਦੇ ਚੋਜਾਂ ਨੂੰ ਕਿਵੇਂ ਸਮਝਾਂਗੇ। ਜ਼ਰੂਰੀ ਨਹੀਂ ਹੈ ਜਿਹੜੀ ਗੱਲ ਸਾਡੀ ਬੁੱਧੀ ਪਕੜ ਨਹੀਂ ਕਰਦੀ ਉਹ ਗੱਲ ਵਰਤਦੀ ਨਹੀਂ ਹੈ, ਨਹੀਂ ਗੁਰਮੁਖੋ। ਇੱਥੇ ਬਹੁਤ ਕੁਝ ਐਸਾ ਸਾਡੀ ਬੁੱਧੀ ਵਿੱਚ ਨਹੀਂ ਆਉਂਦਾ ਪਰ ਉਹ ਵਰਤਦਾ ਹੈ, ਉਹਦਾ ਚੋਜ ਵਰਤਦਾ ਹੈ, ਉਹਦਾ ਕੌਤਕ ਵਰਤਦਾ ਹੈ। ਤੇ ਜਿਹੜੀ ਗੱਲ ਮੈਂ ਆਰੰਭ ਕਰਨ ਲੱਗਾ ਸਾਂ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਲਾਹੌਰ ਭੇਜਿਆ। ਮਹਾਰਾਜ ਗੁਰੂ ਰਾਮਦਾਸ ਜੀ ਬਹੁਤ ਨਿਮਰਤਾ ਵਾਲਾ ਸਰੂਪ ਸੀ ਮਹਾਰਾਜ, ਮਹਾਰਾਜ ਨੂੰ ਲਾਹੌਰ ਭੇਜਿਆ, ਸਤ ਭਜਨ ਕਰਕੇ ਲਾਹੌਰ ਗਏ। ਜਿਸ ਕਾਰਜ ਲਈ ਗਏ ਉਹ ਕਾਰਜ ਸਫਲਾ ਹੋਇਆ ਜੀ, ਕਾਰਜ ਸਫਲ ਕਰਕੇ ਵਾਪਸ ਆਉਂਦੇ ਲਾਹੌਰ ਦਾ ਬਾਜ਼ਾਰ ਲੱਗਾ ਤੇ ਗੁਰੂ ਰਾਮਦਾਸ ਜੀ ਦਾ ਪਿਆਰ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ। ਉੱਥੇ ਬਾਜ਼ਾਰ ਹੈ, ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਲੱਗੀ ਹੈ। ਗੁਰਮੁਖੋ ਉਸ ਦੁਕਾਨ ਦੇ ਉੱਤੇ ਕੱਪੜਾ ਬੜਾ ਵਧੀਆ ਹੈ, ਉਹਨਾਂ ਸਮਿਆਂ ਵਿੱਚ ਵਧੀਆ ਵਸਤੂਆਂ ਮਿਲਣੀਆਂ ਬੜੀਆਂ ਔਖੀਆਂ ਹੁੰਦੀਆਂ ਸਨ, ਕੱਪੜਾ ਬੜਾ ਵਧੀਆ ਜਿਹਦਾ ਜਿਹਦੇ ਨਾਲ ਪਿਆਰ ਹੁੰਦਾ ਹੈ ਨਾ, ਮੁੜ ਘੁੜ ਕੇ ਉਹਨੂੰ ਉਹਦਾ ਹੀ ਚੇਤੇ ਆਉਂਦਾ, ਜਾਹੂ ਕਾਹੂ ਆਪਣੋ ਹੀ ਚੇਤਾ ਹੈ। ਤੁਹਾਡਾ ਜਿਹਦੇ ਨਾਲ ਪਿਆਰ ਹੈ ਤੁਸੀਂ ਕਿਤੇ ਜਾਓ ਤੁਹਾਨੂੰ ਉਹਦਾ ਚੇਤਾ ਆਏਗਾ ਆਏਗਾ।
ਗੁਰੂ ਰਾਮਦਾਸ ਸਾਹਿਬ ਲਾਹੌਰ ਦੇ ਬਾਜ਼ਾਰ ਚ ਖਲੋਤੇ ਆ, ਕੱਪੜੇ ਦਾ ਮੁੱਲ ਪੁੱਛਿਆ, ਕੱਪੜਾ ਬੜਾ ਮਹਿੰਗਾ ਹੈ। ਹੁਣ ਮਹਾਰਾਜ ਕੱਪੜਾ ਪਵਾਉਣਾ ਚਾਹੁੰਦੇ ਆ, ਬਸਤਰ ਗੁਰੂ ਅਮਰਦਾਸ ਜੀ ਨੂੰ ਪਵਾਉਣਾ ਚਾਹੁੰਦੇ ਆ, ਪਰ ਬਸਤਰ ਮਹਿੰਗਾ, ਮਾਇਆ ਇੰਨੀ ਕੋਲ ਨਹੀਂ ਹੈ। ਹੁਣ ਇੱਥੇ ਚੋਜ ਸ਼ੁਰੂ ਹੁੰਦਾ ਜੀ, ਚਿੱਤ ਦੇ ਅੰਦਰ ਉਤਸ਼ਾਹ ਆਇਆ, ਅੱਤ ਦਾ ਆਨੰਦ ਹੈ ਗੁਰੂ ਸਾਹਿਬ ਨਾਲ। ਇੱਥੋਂ ਹੁਣ ਉਹ ਕਾਰਜ ਸ਼ੁਰੂ ਹੁੰਦਾ ਜੀ, ਮਹਾਰਾਜ ਲਾਹੌਰ ਦੇ ਬਾਜ਼ਾਰ ਵਿੱਚ ਖਲੋ ਗਏ, ਸੁਰਤ ਕਰਕੇ ਉਹ ਬਸਤਰ ਸਤਿਗੁਰੂ ਜੀ ਨੂੰ ਪਵਾਉਣ ਲੱਗ ਪਏ, ਗੁਰੂ ਅਮਰਦਾਸ ਜੀ ਨੂੰ। ਹੁਣ ਉਹ ਲਾਹੌਰ ਦੇ ਬਾਜ਼ਾਰ ਚ ਖਲੋਤੇ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਨੇ ਲਾਹੌਰ ਤੋਂ ਗੋਇੰਦਵਾਲ ਸਾਹਿਬ ਘੱਟੋ ਘੱਟ ਨੀ ਕਈ ਸੌ ਕਿਲੋਮੀਟਰ ਦਾ ਫਰਕ ਪੈਂਦਾ ਹੋਏਗਾ, 100-150 ਕਿਲੋਮੀਟਰ ਦਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਉਹ ਉੱਥੇ ਨੇ, ਗੁਰੂ ਅਮਰਦਾਸ ਸਾਹਿਬ ਕਿਤੇ ਬੈਠੇ ਹੈ, ਗੁਰੂ ਰਾਮਦਾਸ ਕਿਤੇ ਹੈ। ਪਰ ਜਦੋਂ ਅੰਦਰ ਦਾ ਪਿਆਰ ਜੁੜਿਆ ਹੋਵੇ, ਸੁਰਤ ਕਰਕੇ ਗੁਰੂ ਰਾਮਦਾਸ ਚੋਲਾ ਪਵਾ ਰਹੇ ਹੈ ਤੇ ਗੁਰੂ ਅਮਰਦਾਸ ਦੀ ਕਦੀ ਬਾਂਹ ਉੱਚੀ ਕਰ ਲੈਂਦੇ ਹੈ, ਕਦੀ ਮਹਾਰਾਜ ਅੱਗੋਂ ਸਹੀ ਕਰਦੇ ਹੈ, ਕਦੀ ਸੱਚੇ ਪਾਤਸ਼ਾਹ ਇੱਥੇ ਬੰਦ ਰੱਖਾ ਬੰਨਦੇ ਹੈ, ਤਣੀ ਬੰਨਦੇ ਹੈ। ਭਾਈ ਬੱਲੂ ਬਹੁਤ ਨਿਕਟਵਰਤੀ ਸਿੱਖ ਸੀ, ਭਾਈ ਬੱਲੂ ਜੀ ਨੂੰ ਪਤਾ ਹੈ ਵੀ ਮਹਾਰਾਜ ਉਂਗਲ ਵੀ ਹਿਲਾਉਣ ਉਹਦਾ ਕਾਰਨ ਹੁੰਦਾ, ਉਹ ਨਜਾਇਜ਼ ਨਹੀਂ ਹੁੰਦੀ। ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਹੜੀ ਕਿਰਿਆ ਕਰ ਰਹੇ ਹੋ? ਮਹਾਰਾਜ ਕਹਿਣ ਲੱਗੇ, ਭਾਈ ਪਿਆਰਿਓ, ਰਾਮਦਾਸ ਜੀ ਲਾਹੌਰ ਦੇ ਬਾਜ਼ਾਰ ਚ ਖਲੋਤੇ ਸਾਨੂੰ ਬਸਤਰ ਪਵਾ ਰਹੇ ਹੈ, ਅਸੀਂ ਉਹਨਾਂ ਦੇ ਪਹਿਨਾਏ ਬਸਤਰ ਪਾ ਰਹੇ ਹਾਂ। ਫਿਰ ਮਹਾਰਾਜ ਅੱਗੇ ਵਧੇ। ਹੁਣ ਅਗਲੀ ਗੱਲ ਹੋਰ ਹੈਰਾਨ ਕਰਦੀ ਹੈ। ਅੱਗੇ ਗਏ, ਬੇਰ ਉੱਤੇ ਅੰਬ ਸਨ ਗੁਰਮੁਖ, ਬੇਰ ਉੱਤੇ ਅੰਬ, ਜਿਹੜੀ ਬੇਰੁੱਤੀ ਚੀਜ਼ ਹੁੰਦੀ ਉਹ ਮਹਿੰਗੀ ਹੁੰਦੀ ਹੈ, ਥੋੜ੍ਹੀ ਮੌਸਮੀ ਚੀਜ਼ ਸਸਤੀ ਹੁੰਦੀ ਹੈ। ਅੰਬ ਸਨ, ਮਨ ਵਿੱਚ ਆਇਆ ਇਹ ਅੰਬ ਜੇ ਕਿਤੇ ਗੁਰੂ ਅਮਰਦਾਸ ਸਾਹਿਬ ਛਕਣ ਨਾ ਤੇ ਆਨੰਦ ਆ ਜੇ ਗੁਰਮੁਖ। ਹੁਣ ਤੁਸੀਂ ਅੰਦਾਜ਼ਾ ਲਾਓ, ਆਪਾਂ ਗ੍ਰਸਤੀ ਬੈਠੇ ਹਾਂ, ਅੰਬ ਦੀ ਕਿਤੇ ਕਿੰਨੀ ਕੁ ਵੈਲਿਊ ਹੈ ਸਾਡੀ ਜ਼ਿੰਦਗੀ ਵਿੱਚ? ਇੱਕ ਅੰਬ ਨੂੰ ਅਸੀਂ ਕੀ ਮੰਨਦੇ? ਅੰਬ ਤਾਂ ਅੰਬ ਹੀ ਹੈ ਨਾ। ਪਰ ਚੇਤਾ ਰੱਖਿਓ, ਜਿੱਥੇ ਚਿੱਤ ਦਾ ਪ੍ਰੇਮ ਜੁੜ ਜੇ ਉੱਥੇ ਅੰਬ ਵੀ ਬੜਾ ਮਹਾਨ ਬਣ ਜਾਂਦਾ, ਉੱਥੇ ਅੰਬ ਵੀ ਬੜਾ ਮਹਾਨ ਬਣ ਜਾਂਦਾ। ਆਪਣਾ ਇੱਕ ਗੁਰਦੁਆਰਾ, ਉਸ ਗੁਰਦੁਆਰੇ ਦਾ ਨਾਮ ਹੀ ਅੰਬ ਸਾਹਿਬ ਹੈ, ਮੋਹਾਲੀ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਸੱਤਵੇਂ ਪਾਤਸ਼ਾਹ ਦਾ ਸਥਾਨ ਹੈ। ਗੁਰੂ ਰਾਮਦਾਸ ਸਾਹਿਬ ਨੇ ਉਹ ਅੰਬ ਖਰੀਦਿਆ, ਪਰ ਇੱਕ ਹੀ ਖਰੀਦ ਸਕੇ। ਹੁਣ ਹੱਥ ਵਿੱਚ ਅੰਬ ਪਕੜਿਆ, ਅੰਦਰ ਦਾ ਚਿੱਤ ਹੈ ਵੀ ਉਹ ਅੰਬ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਛਕ ਲੈਣ। ਕਰਦਿਆਂ ਕਰਦਿਆਂ ਗੋਇੰਦਵਾਲ ਸਾਹਿਬ ਰੋਡ ਦੇ ਉੱਤੇ ਇੱਕ ਪਿੰਡ ਹੈ ਭਰੋਵਾਲ, ਉਸ ਪਿੰਡ ਦੇ ਵਿੱਚ ਰੁਕੇ। ਸ਼ਾਮਾਂ ਪੈ ਗਈਆਂ ਸਨ, ਹਨੇਰਾ ਸੀ, ਗੁਰਮੁਖੋਂ ਅੱਗੇ ਸਫ਼ਰ ਨਹੀਂ ਸੀ ਹੋ ਸਕਦਾ। ਅੰਬ ਪਕੜਿਆ, ਪਾਸੇ ਰੱਖਿਆ, ਆਰਾਮ ਕੀਤਾ, ਦਿਨ ਚੜਿਆ। ਮਨ ਵਿੱਚ ਆਇਆ ਮਨਾ ਮਹਾਰਾਜ ਤੱਕ ਪਹੁੰਚਦਿਆਂ ਤੇ ਅੰਬ ਦਾ ਸਾਰਾ ਰਸ ਜਿਹੜਾ ਉਹ ਚੋ ਹੀ ਜਾਣਾ, ਹੁਣ ਕੀ ਕਰਾਂ,
ਹੁਣ ਕੌਤਕ ਸੁਣਿਓ, ਚੋਜ ਸੁਣਿਓ ਸਤਿਗੁਰਾਂ ਦੇ। ਅੰਬ ਹੱਥ ਵਿੱਚ ਫੜ ਕੇ ਨਾ ਗੁਰੂ ਅਮਰਦਾਸ ਜੀ ਦਾ ਧਿਆਨ ਜੋੜਿਆ। ਬਸ ਆ ਜਿਹੜਾ ਧਿਆਨ ਹੈ ਇਹੋ ਤੇ ਜੁੜਦਾ ਨਹੀਂ, ਇਹੋ ਤੇ ਜੁੜਦਾ ਨਹੀਂ। ਮਾਫ ਕਰਿਓ, ਜਦੋਂ 2.5 ਘੰਟੇ ਦੀ ਮੂਵੀ ਵੇਖਦੇ ਉਦੋਂ ਬੜਾ ਜੁੜਦਾ। ਕਦੀ ਨੀ ਅੱਜ ਤੱਕ ਮੈਨੂੰ ਕਿਸੇ ਨੇ ਕਿਹਾ ਵੀ 2.5 ਘੰਟੇ ਮੂਵੀ ਲੱਗੀ ਗਿਆਨੀ ਜੀ, ਮੇਰਾ ਤਾਂ ਚੇਤੇ ਹੀ ਨੀ ਜੁੜਿਆ, ਮੇਰਾ ਤਾਂ ਮਨ ਹੀ ਨੀ ਜੁੜਿਆ। ਨਹੀਂ, 2.5 ਘੰਟੇ ਬਰਬਾਦ ਹੋ ਜਾਂਦੇ ਆ, ਟਾਈਮ ਦਾ ਪਤਾ ਨੀ ਲੱਗਦਾ, ਕਿਉਂਕਿ ਉਧਰ ਚਿੱਤ ਜੁੜ ਜਾਂਦਾ, ਉਧਰ ਧਿਆਨ ਜੁੜਦਾ, ਉਧਰ ਸੁਰਤ ਜੁੜਦੀ ਹੈ। ਇਸੇ ਤਰ੍ਹਾਂ 2.5 ਘੰਟੇ ਗੁਰਮੁਖ ਸਮਾਧੀ ਵਿੱਚ ਬੈਠਦੇ ਆ, ਉਹਨਾਂ ਨੂੰ ਇਉਂ ਲੱਗਦਾ ਜਿਵੇਂ 2.5 ਮਿੰਟ ਹੋਏ ਹੋਏ ਆ। ਅੰਦਰ ਦੀ ਖੇਡ ਸੁਰਤ ਜੋੜੀ ਮਹਾਰਾਜ ਨੇ, ਨੇਤਰ ਬੰਦ ਹੋ ਗਏ, ਧਿਆਨ ਜੁੜ ਗਿਆ। ਗੁਰਮੁਖੋ ਸੁਰਤ ਕਰਕੇ ਗੁਰੂ ਅਮਰਦਾਸ ਜੀ ਨੂੰ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪ ਜੀ ਵਾਸਤੇ ਅੰਬ ਲੈ ਕੇ ਆਉਂਦਾ ਹੈ। ਫਿਰ ਬੇਨਤੀ ਕਰਦਾ, ਅੰਬ ਕਿਤੇ ਕਿੰਨੀ ਕੁ ਚੀਜ਼ ਹੈ ਸਾਡੇ ਵਾਸਤੇ, ਰੇਹੜੀਆਂ ਭਰੀਆਂ ਪਈਆਂ ਹੁੰਦੀਆਂ। ਮਹਾਰਾਜ ਆਪ ਜੀ ਵਾਸਤੇ ਅੰਬ ਲੈ ਕੇ ਆਉਂਦਾ, ਮਹਾਰਾਜ ਆਪ ਜੀ ਨੂੰ ਭੇਟਾ ਕਰਨਾ ਪਰ ਰਸਤੇ 'ਚ ਹੀ ਖਰਾਬ ਹੋ ਜਾਣਾ। ਹੇ ਸੱਚੇ ਪਾਤਸ਼ਾਹ, ਛਕਾਂਗਾ ਮੈਂ ਰਸ ਤੁਸੀਂ ਲਿਓ। ਮਹਾਰਾਜ ਕਦੀ ਹੁੰਦਾ ਹੈ, ਛਕਾਂਗਾ ਮੈਂ ਪਰ ਰਸ ਤੁਸੀਂ ਲਿਓ। ਬਸ ਆਪਣੇ ਮੁੱਖ 'ਚ ਅੰਬ ਪਾਇਆ ਜੀ, ਅੰਬ ਛਕਿਆ ਜੀ, ਮਹਾਰਾਜ ਉੱਥੇ ਤੁਰ ਪਏ। ਗੋਇੰਦਵਾਲ ਸਾਹਿਬ ਪਹੁੰਚੇ, ਮਗਰ ਬਹਿ ਗਏ। ਸਾਰੀ ਸੰਗਤ ਦਰਸ਼ਨ ਕਰਕੇ ਚਲੇ ਗਈ। ਹੁਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸੱਦੋ ਰਾਮਦਾਸ ਜੀ ਨੂੰ। ਸੱਦਿਆ, ਕਹਿੰਦੇ ਹੋ ਆਏ? ਹਾਂਜੀ ਮਹਾਰਾਜ ਹੋ ਆਏ। ਜਿਸ ਕਾਰਜ ਭੇਜਿਆ ਕਾਰਜ ਹੋ ਗਿਆ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਹੋ ਗਿਆ। ਤੇ ਮਹਾਰਾਜ ਕਹਿਣ ਲੱਗੇ, ਫਿਰ ਰਾਮਦਾਸ ਜੀ ਲਾਹੌਰ ਗਏ ਸੀ, ਸਾਡੇ ਵਾਸਤੇ ਨੀ ਕੁੱਝ ਲੈ ਕੇ ਆਏ? ਪਿਆਰ ਹੈ ਨਾ, ਸਾਡੇ ਵਾਸਤੇ ਨੀ ਕੁੱਝ ਲੈ ਕੇ ਆਏ? ਵਿਰਾਗ ਆ ਗਿਆ, ਕਿਉਂਕਿ ਮਾਇਆ ਦੀ ਸਮਰੱਥਾ ਨਹੀਂ ਸੀ ਲਿਆਉਣ ਦੀ, ਮਾਇਆ ਨਹੀਂ ਸੀ ਹੈਗੀ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ ਰਾਮਦਾਸ ਜੀ, ਉਹ ਲਾਹੌਰ ਬਾਜ਼ਾਰ 'ਚ ਜਿਹੜਾ ਸਾਨੂੰ ਚੋਲਾ ਪਵਾਇਆ ਅਸੀਂ ਪਾ ਲਿਆ ਸੀ। ਕਾਰਨ, ਜਿਹੜਾ ਬਸਤਰ ਲਾਹੌਰ ਵਿੱਚ ਵੇਖ ਕੇ ਮਹਾਰਾਜ ਨੂੰ ਪਵਾਉਣ ਦਾ ਫੁਰਨਾ ਬਣਾਇਆ, ਜਾਂਦਿਆਂ ਨੂੰ ਗੁਰੂ ਅਮਰਦਾਸ ਜੀ ਨੇ ਉਹੀ ਚੋਲਾ ਪਾਇਆ ਸੀ, ਉਹੋ ਹੀ ਬਸਤਰ ਪਾਇਆ ਸੀ। ਫਿਰ ਕਹਿਣ ਲੱਗੇ, ਬੱਲੂ ਤਾਕੀ ਚੋਂ ਗਿਟਕ ਕੱਢ। ਕਹਿੰਦੇ ਉਹਨਾਂ ਗਿਟਕ ਕੱਢੀ, ਕਹਿੰਦੇ ਆਹੋ ਹੀ ਅੰਬ ਸੀ ਨਾ ਜਿਹੜਾ ਸਾਨੂੰ ਛਕਾਇਆ ਸੀ, ਕਿਉਂਕਿ ਬੇਰੁੱਤਾ ਸੀ, ਉੱਥੇ ਹੀ ਮਿਲਦਾ ਸੀ। ਮਹਾਰਾਜ ਚਰਨੀ ਟੈਪੇ, ਹੁਣ ਉਹ ਗਿਟਕ ਅੰਬ ਤਾਂ ਉੱਥੇ ਖਾਧਾ ਭਰੋਵਾਲ, ਗਿਟਕ ਗੋਇੰਦਵਾਲ ਕਿਵੇਂ ਪਹੁੰਚ ਗਈ? ਇਹ ਚੋਜ ਹੈ ਗੁਰਮੁਖੋ, ਚੋਜ ਦੀ ਕੌਤਕ ਦੀ ਕਥਾ ਨਹੀਂ ਜੇ ਹੋ ਸਕਦੀ। ਹਾਂ, ਇਹਦਾ ਆਨੰਦ ਹੀ ਮਾਣਿਆ ਜਾ ਸਕਦਾ, ਇਹਦਾ ਸਵਾਦ ਹੀ ਮਾਣਿਆ ਜਾ ਸਕਦਾ, ਇਹਨੂੰ ਬੋਲ ਕੇ ਡਿਫਾਈਨ ਬੋਲਿਆ ਨਹੀਂ ਜਾ ਸਕਦਾ, ਇਹਦੀ ਪਰਿਭਾਸ਼ਾ ਨਹੀਂ ਜੇ ਹੋ ਸਕਦੀ। ਇਹ ਸਤਿਗੁਰੂ ਦਾ ਚੋਜ, ਉਹ ਭਰੋਵਾਲ ਹੈ,
ਅੰਬ ਭਰੋਵਾਲ ਛਕਿਆ, ਮਹਾਰਾਜ ਗੋਇੰਦਵਾਲ ਬੈਠੇ ਹੈ, ਅੰਬ ਗੁਰੂ ਰਾਮਦਾਸ ਜੀ ਨੇ ਛਕਿਆ, ਗਿਟਕ ਗੁਰੂ ਅਮਰਦਾਸ ਜੀ ਵਿਖਾ ਰਹੇ ਹੈ, ਤੁਸੀਂ ਕਹੋ ਸਿੱਧ ਕਰ, ਹੱਥ ਜੋੜੇ, ਸਿੱਧ ਨਹੀਂ ਹੋ ਸਕਦਾ, ਕਦੀ ਰੱਬ ਦੀਆਂ ਗੱਲਾਂ ਵੀ ਸਿੱਧ ਹੋਈਆਂ। ਤੁਸੀਂ ਕਹੋਗੇ ਅੰਬ ਉੱਥੇ ਕਿਵੇਂ ਪਹੁੰਚ ਗਿਆ। ਰੋਜ਼ ਪੜ੍ਹਦੇ ਹਾਂ, ਊੜੇ ਊੜ ਆਵੇ ਸੈ ਕੋਸਾਂ, ਸੌ ਕੋ ਕੂੰਜ ਉੱਡ ਕੇ ਆ ਜਾਂਦੀ ਗੁਰਮੁਖ। ਮੈਂ ਜਦੋਂ ਪੰਗਤੀ ਪੜ੍ਹੀ ਮੈਂ ਕਿਹਾ ਮਾਲਕਾ ਤੂੰ ਪੰਛੀਆਂ ਨੂੰ ਵੀ ਇੰਨੀ ਤਾਕਤ ਦਿੱਤੀ ਵੀ ਸੌ ਸੌ ਕੋ ਉੱਡ ਜਾਂਦੇ। ਸੌ ਕੋ ਬਹੁਤ ਹੁੰਦਾ ਸਾਹ ਸੰਗਤ, ਇੱਕ ਕੋ ਵਿੱਚ ਲਗਭਗ 2 ਕਿਲੋਮੀਟਰ ਹੁੰਦੇ ਆ, 2-1.5 ਕਿਲੋਮੀਟਰ ਮੰਨ ਲਓ, ਚਲੋ 150 ਕਿਲੋਮੀਟਰ ਮੰਨ ਲਈਏ। ਜਦੋਂ ਮੈਂ ਪੜ੍ਹਿਆ ਹੈਰਾਨ ਹੋਇਆ ਵੀ ਮਾਲਕਾ ਪੰਛੀ ਨੂੰ ਇੰਨੀ ਤਾਕਤ ਦਿੱਤੀ, ਕੂੰਜ ਉੱਡ ਕੇ ਇੰਨੀ ਦੂਰ ਜਾਂਦੀ ਹੈ, ਬੱਚੇ ਉਹਦੇ ਕਿਤੇ ਬੈਠੇ ਹੈ, ਊੜੇ ਊੜ ਆਵੇ ਸਹਿ ਕੋਸਾਂ, ਤਿਸ ਪਾਛੈ ਬੱਚਰੇ ਛਰਿਆ, ਉਹਨੇ ਆਪਣੇ ਬੱਚੇ ਪਿੱਛੇ ਛੱਡੇ ਹੋਏ ਹੈ, ਤਿੰਨ ਕਵਣ ਖਲਾਵੇ ਕਵਣ ਚੁਗਾਵੇ, ਉਹਦੇ ਬੱਚਿਆਂ ਨੂੰ ਕੌਣ ਖਵਾ ਰਿਹਾ। ਕੂੰਜ ਬੜੀ ਦੂਰ ਗਈ ਹੈ, ਉਹਦਾ ਆਪਣੇ ਬੱਚਿਆਂ ਨਾਲ ਪ੍ਰੇਮ ਹੈ, ਉਹ ਆਪਣੇ ਬੱਚਿਆਂ ਨੂੰ ਚੇਤੇ ਕਰਕੇ ਦਾਣਾ ਚੁਗਦੀ ਹੈ, ਪਾਉਂਦੀ ਕੂੰਜ ਆਪਣੇ ਮੁਖ ਚ ਜਾਂਦਾ ਬੱਚੇ ਦੇ ਪੇਟ ਵਿੱਚ। ਤਿੰਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਹਰ ਰੋਜ਼ ਪੜ੍ਹਦੇ ਹਾਂ ਆਪਾਂ, ਉਹ ਮਨ ਵਿੱਚ ਸਿਮਰਨ ਕਰਦੀ ਆਪਣੇ ਬੱਚਿਆਂ ਦਾ, ਬੱਚੇ ਉੱਥੇ ਰੱਜਦੇ ਹੈ, ਇਹ ਵੀ ਮੇਰੇ ਵਾਹਿਗੁਰੂ ਦਾ ਇੱਕ ਜੋਜ ਹੈ। ਗੁਰਮੁਖੋ ਗੁਰਮੁਖੋ ਜਦੋਂ ਬ੍ਰਹਮ ਗਿਆਨ ਦੀ ਅਵਸਥਾ ਚ ਸਿੱਖ ਜਾਂਦਾ ਹੈ, ਜਿਸ ਅਵਸਥਾ ਚ ਪੰਗਤੀ ਮਹਾਰਾਜ ਨੇ ਉਚਾਰੀ ਹੈ, ਜਦੋਂ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਾਂਦਾ ਹੈ ਗੁਰਮੁਖੋ, ਫਿਰ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਾ ਕੇ ਹਰ ਚੀਜ਼ ਉਹਦਾ ਚੋਜ ਲੱਗਦੀ, ਜੇ ਹਰ ਚੀਜ਼ ਚੋਜ ਲੱਗਦੀ। ਭਾਈ ਲਖਵਿੰਦਰ ਸਿੰਘ ਜੀ ਬੈਠੇ ਹੈ, ਇਹਨਾਂ ਨੇ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ। ਨਿੱਕਾ ਜਿਹਾ ਦਿਮਾਗ ਹੈ, ਨੇਤਰਾਂ ਤੋਂ ਦੇਖ ਨਹੀਂ ਸਕਦੇ ਦਿਮਾਗ ਕਿਤੇ ਕਿੰਨਾ ਕੁ ਵੱਡਾ, ਪਰ ਉਹਦੇ ਵਿੱਚ ਵਾਹਿਗੁਰੂ ਨੇ ਕਿੰਨੀ ਸ਼ਕਤੀ ਭਰੀ। ਜੋ ਇਹ ਬਾਣੀ ਸੁਣਨਗੇ ਇਹਨਾਂ ਨੂੰ ਉਹ ਯਾਦ ਹੋ ਜਾਏਗੀ, ਉਹ ਰਸਨਾ ਤੋਂ ਪੜਨਗੇ, ਇਹ ਵੀ ਤਾਂ ਵਾਹਿਗੁਰੂ ਦਾ ਚੋਜ ਹੀ ਹੈ। ਇਹ ਚੋਜ ਨਹੀਂ ਤਾਂ ਹੋਰ ਕੀ ਹੈ। ਗੁਰੂ ਰਾਮਦਾਸ ਸਾਹਿਬ ਜਦੋਂ ਬਹੁਤ ਪ੍ਰੇਮ ਚ ਆਏ, ਬਹੁਤ ਪ੍ਰੇਮ ਚ ਆਏ, ਅੱਤ ਦੇ ਪ੍ਰੇਮ ਵਿੱਚ ਆ ਕੇ ਉਹਨਾਂ ਕਿਹਾ ਮੇਰਾ ਰੱਬ ਚੋਜੀ ਚ, ਗੁਰਮੁਖੋ ਉਹ ਸਾਰੇ ਸੰਸਾਰ ਚ ਚੋਜ ਹੀ ਕਰ ਰਿਹਾ, ਔਰ ਉਹਦਾ ਚੋਜ ਨਿੱਤ ਨਵਾਂ ਹਰ ਸਮੇਂ ਵਰਤ ਰਿਹਾ, ਹਰ ਥਾਂ ਤੇ ਵਰਤ ਰਿਹਾ। ਬਸ ਵੇਖਣ ਵਾਲਾ ਬੰਦਾ ਹੋਣਾ ਚਾਹੀਦਾ, ਵੇਖਣ ਵਾਲਾ ਹੋਣਾ ਚਾਹੀਦਾ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ। ਵੇਖੋ ਆਪਾਂ ਕਿਸੇ ਨੂੰ ਪਿਆਰਾ ਕਹਿੰਦੇ, ਇਹ ਤਾਂ ਬੋਲੀਆਂ ਹੀ ਮੁੱਕਦੀਆਂ ਜਾਂਦੀਆਂ, ਪਿਆਰੇ ਦੀ ਥਾਂ ਤੇ ਡੀਅਰ ਆ ਗਿਆ, ਅੰਗਰੇਜ਼ੀ ਦਾ ਡੀਅਰ ਆ ਗਿਆ, ਡੀਅਰ ਮੋਮ, ਡੀਅਰ ਫਰੈਂਡ। ਪਹਿਲਾਂ ਕੀ ਸੀ, ਪਿਆਰੇ ਪਿਤਾ ਜੀ, ਪਿਆਰੇ ਮਾਤਾ ਜੀ, ਪਿਆਰੇ ਮਿੱਤਰ ਜੀ, ਪਰ ਉਹ ਜਿਹਨੂੰ ਡੀਅਰ ਲਿਖਦੇ ਆ ਉਹ ਵੀ ਤਾਂ ਜਿਹੜਾ ਡੀਅਰ ਹੁੰਦਾ ਪਿਆਰਾ ਹੁੰਦਾ ਉਹਨੂੰ ਲਿਖਦੇ ਆ, ਹਰ ਇੱਕ ਨੂੰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰੇਮ ਵਾਹਿਗੁਰੂ ਨਾਲ ਹੈ, ਗੁਰੂ ਅਮਰਦਾਸ ਜੀ ਦੇ ਨਾਲ ਹੈ, ਉਹਨੂੰ ਕਹਿ ਰਹੇ ਆ ਮੇਰਾ ਪਿਆਰਾ। ਕਿੰਨੀਆਂ ਥਾਵਾਂ ਤੇ ਗੁਰਬਾਣੀ ਚ ਪਿਆਰਾ ਸ਼ਬਦ ਆਉਂਦਾ,
ਕਿੰਨਾ ਪਿਆਰਾ ਸ਼ਬਦ ਹੁੰਦਾ, ਗੁਰ ਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ ਉਹ ਵਾਹਿਗੁਰੂ। ਇਸ ਸ਼ਬਦ ਵਿੱਚ ਬੜੀ ਵਾਰੀ ਤੁਸੀਂ ਸੁਣੋਗੇ ਮੇਰਾ ਪਿਆਰਾ, ਮੇਰਾ ਪਿਆਰਾ, ਔਰ ਇਹ ਅਵਸਥਾ ਕਿਹੜੀ ਹੈ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਉੱਥੇ ਵੀ ਮੇਰੇ ਪਿਆਰੇ ਆਖਿਆ। ਕਿੰਨਾ ਆਪਣਾ, ਕਿੰਨੀ ਅਪਣੱਤ, ਜਿਸ ਅਪਣੱਤ ਦੇ ਵਿੱਚ ਮਹਾਰਾਜ ਨੇ ਜਾ ਕੇ ਇਹ ਬੋਲ ਉਚਾਰੇ ਹੈ, ਜਿਸ ਅਪਣੱਤ ਪ੍ਰੇਮ ਦੇ ਵਿੱਚ ਸਤਿਗੁਰੂ ਜੀ ਨੇ ਬਾਣੀ ਲਿਖੀ ਹੈ, ਜਿਸ ਅਪਣੱਤ ਵਿੱਚ ਗੁਰੂ ਸਾਹਿਬ ਬੋਲਦੇ ਆ, ਕਿਤੇ ਉਹ ਅਪਣੱਤ, ਉਹ ਪ੍ਰੇਮ ਸਾਡੇ ਵਿੱਚ ਵੀ ਆ ਜਾਵੇ ਨਾ, ਸਾਧ ਸੰਗਤ ਦੀ ਗੱਲ ਬਣਦੇ। ਪਰ ਉਸ ਹਿਸਾਬ ਨਾਲ, ਜਿਸ ਹਿਸਾਬ ਨਾਲ ਮਹਾਰਾਜ ਕਹਿ ਰਹੇ ਚੋਜੀ ਮੇਰੇ ਪਿਆਰਿਆ, ਉਹ ਪਿਆਰ ਕਿਤੇ ਨਿਕਲਦਾ ਅੰਦਰੋਂ, ਜੇ ਉਹ ਨਿਕਲ ਜੇ, ਉਹ ਪ੍ਰੇਮ ਵਾਲੀ ਅਵਸਥਾ ਬਣ ਜੇ ਤੇ ਗੱਲ ਬਣ ਜੇ। ਆਪਾਂ ਇਸੇ ਕਰਕੇ ਗੁਰਪੁਰਬ ਮਨਾ ਰਹੇ ਹਾਂ, ਸੱਚੇ ਪਾਤਸ਼ਾਹ ਉਹ ਪ੍ਰੇਮ ਵਾਲਾ ਅੰਦਰ ਸਾਡਾ ਵੀ ਭਰ ਦਿਓ ਮਹਾਰਾਜ। ਆਓ ਪ੍ਰੇਮ ਨਾਲ ਉਹ ਪੰਕਤੀ ਪੜ੍ਹ ਲਓ, ਫਿਰ ਭਾਈ ਸਾਹਿਬ ਜੀ ਨੇ ਕੀਰਤਨ ਕਰਨਾ ਸਾਰੇ ਪਿਆਰ ਨਾਲ ਗੱਜ ਕੇ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ, ਚੋਜੀ ਮੇਰੇ ਫਿਰ ਚੋਜੀ ਦਾ ਅਰਥ ਹੈ ਕੌਤਕੀ, ਜਿਹੜਾ ਨਿਤ ਕੌਤਕ ਕਰੇ ਉਹਨੂੰ ਚੋਜੀ ਕਹਿੰਦੇ ਆ। ਗੁਰੂ ਰਾਮਦਾਸ ਜੀ ਵੀ ਚੋਜੀ ਨੇ, ਸਾਧ ਸੰਗਤ ਜੀ ਜਿਨ੍ਹਾਂ ਦਾ ਗੁਰਪੁਰਬ ਮਨਾ ਰਹੇ ਵੀ ਬੜੇ ਚੋਜੀ ਹੈ, ਨਿਤ ਚੋਜ ਕਰਦੇ ਮਹਾਰਾਜ। ਲਿਖਣ ਵਿੱਚ ਨਹੀਂ ਆਉਂਦੇ, ਸੁਣਾਉਣ ਵਿੱਚ ਨਹੀਂ ਆਉਂਦੇ, ਬੋਲਣ ਵਿੱਚ ਨਹੀਂ ਆਉਂਦੇ, ਪਰ ਮਹਾਰਾਜ ਨਿਤ ਚੋਜ ਕਰਦੇ ਸਾਧ ਸੰਗਤ ਜੀ। ਆਓ ਪ੍ਰੇਮ ਨਾਲ ਮਹਾਰਾਜ ਨੂੰ ਯਾਦ ਕਰਕੇ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਹਰ ਪ੍ਰਭ ਮੇਰਾ ਚੋਜੀ ਜੀਓ, ਗੱਜ ਕੇ ਚੋਜੀ, ਚੋਜੀ ਮੇਰੇ ਹਰ ਪ੍ਰਭ ਮੇਰਾ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਹਰ ਪ੍ਰਭ ਮੇਰਾ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਹਰ ਪ੍ਰਭ ਮੇਰਾ ਜੀਓ। ਮਹਾਰਾਜ ਕਿਰਪਾ ਕਰਨ ਉਸ ਪਿਆਰੇ ਬਾਰੇ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ, ਅਸੀਂ ਵੀ ਉਸ ਪਿਆਰੇ ਨੂੰ ਪਿਆਰਾ ਸਮਝ ਸਕੀਏ ਗੁਰਮੁਖ, ਅਸੀਂ ਵੀ ਕਿਤੇ ਕਹੀਏ ਮਹਾਰਾਜ ਮੇਰੇ, ਮਹਾਰਾਜ ਸਾਡੇ, ਕਿਤੇ ਨਾ ਹੋਵੇ ਸਭ ਕਿਸੇ ਆਪਣਾ, ਇੱਕ ਰਾਮ ਪਰਾਇਆ ਹੈ ਵੀ ਮਹਾਰਾਜ ਤਾਂ ਇਹਨਾਂ ਦੇ ਹੀ ਹੈ, ਭਾਈਆਂ ਦੇ ਹੀ ਹੈ, ਸਾਡੇ ਨਹੀਂ ਹੈਗੇ। ਨਹੀਂ ਗੁਰਮੁਖ, ਮਹਾਰਾਜ ਸਾਡੇ ਆ, ਮਹਾਰਾਜ ਮੇਰੇ ਆ, ਇਸ ਭਾਵ ਵਿੱਚ ਰਿਹਾ ਕਰੀਏ, ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ,
ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਜੀ ਵੱਲੋਂ, ਉਹਨਾਂ ਵੱਲੋਂ ਔਰ ਸਮੁੱਚੇ ਦਰਬਾਰ ਸਾਹਿਬ ਦੇ ਪ੍ਰਬੰਧ ਵੱਲੋਂ ਆਪ ਸਮੂਹ ਸੰਗਤਾਂ ਨੂੰ ਗੁਰੂ ਰਾਮਦਾਸ ਸਾਹਿਬ ਸਤਿਗੁਰਾਂ ਦੇ ਪੁਰਬ ਦੀਆਂ ਵਧਾਈਆਂ ਹੋਣ ਜੀ। ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਵਿਸ਼ਾਲ ਸਿੰਘ ਜੀ, ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਅੱਜ ਦਾ ਜੋ ਵਿਸ਼ਾ ਹੈ ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ, ਬੜੇ ਵਿਸਥਾਰ ਵਿੱਚ ਆਪ ਸੰਗਤਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਇਸ ਸ਼ਬਦ ਦੇ ਭਾਵ ਸੰਗਤਾਂ ਨੂੰ ਸਰਵਣ ਕਰਵਾਏ ਨੇ। ਧੰਨਵਾਦ ਹੈ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਮੀਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਅਜੇ ਸਿੰਘ ਜੀ, ਸਤਿਗੁਰ ਜੀ ਦੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਨੇ। ਗੁਰੂ ਪਿਆਰਿਓ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਾਂ, ਸਤਿਗੁਰ ਪਾਤਸ਼ਾਹ ਜੀ ਦੇ ਕੌਤਕ, ਜਿਵੇਂ ਕਿ ਭਾਈ ਸਾਹਿਬ ਜੀ ਨੇ ਗੱਲ ਕੀਤੀ ਸੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਇਸ ਨਗਰ 'ਤੇ ਅਨੇਕਾਂ ਹੀ ਬਖਸ਼ਾਂ ਨੇ। ਦੁਨੀਆਂ ਦੇ ਲੋਕ, ਅੱਜ ਸਮੁੱਚਾ ਸੰਸਾਰ ਜਿਹੜਾ ਹੈ ਉਹ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਦੇ ਦਰਸ਼ਨਾਂ ਦੀਦਾਰਾਂ ਦੀ ਤਾਂਘ ਜਿਹੜੀ ਹੈ ਆਪਣੇ ਜੀਵਨ ਅੰਦਰ ਲੋਚਦਾ ਹੈ। ਪਿਆਰਿਓ, ਬੜੇ ਵੱਡੇ ਭਾਗ ਨੇ ਸਾਡੇ ਜੀਵਨ ਦੇ। ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਵੱਲੋਂ ਵਸਾਈ ਇਸ ਪਵਿੱਤਰ ਨਗਰੀ ਦੇ ਨਿਵਾਸੀ ਹਾਂ। ਸਤਿਗੁਰ ਕਿਰਪਾ ਕਰਨ ਇਹ ਜਿਹੜੇ ਸਮਾਗਮ ਆਰੰਭ ਹੋਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ, ਸ਼ਹਿਰ ਦੇ ਵੱਖ ਵੱਖ ਸਥਾਨਾਂ 'ਤੇ ਨਿਰੰਤਰ ਇਹ ਸਮਾਗਮ 19 ਅਕਤੂਬਰ ਤੱਕ ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਨਿਰੰਤਰ ਸਮਾਗਮ ਚੱਲਣੇ ਨੇ, ਜਿਵੇਂ ਕਿ ਅੱਜ ਦੇ ਸਮਾਗਮ ਇੱਥੇ ਚੱਲ ਰਹੇ ਨੇ ਗੁਰਦੁਆਰਾ ਸ੍ਰੀ ਸੰਤੋਖ ਸਰ ਸਾਹਿਬ ਟਾਹਲੀ ਸਾਹਿਬ ਵਿਖੇ। ਕੱਲ੍ਹ ਸ਼ਾਮ ਦੇ ਜਿਹੜੇ ਸਮਾਗਮ ਨੇ, ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਵਿਖੇ ਕੱਲ੍ਹ ਸ਼ਾਮ ਦੇ ਸਮਾਗਮ ਜਿਹੜੇ ਨੇ ਉਹ ਸਜਾਏ ਜਾ ਰਹੇ ਨੇ। ਕੱਲ੍ਹ ਦਾ ਜੋ ਵਿਸ਼ਾ ਹੈ, ਗੁਰਮੁਖ ਹਰ ਹਰ ਵੇਲ ਵਧਾਈ, ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਕੱਲ੍ਹ ਦੇ ਸਮਾਗਮ ਇਹਨਾਂ 'ਤੇ ਹੋਣਗੇ। ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। ਭਾਈ ਓਂਕਾਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ, ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ, ਭਾਈ ਬਲਬੀਰ ਸਿੰਘ ਜੀ ਹੰਸਪਾਲ ਰਾਗੀ ਜੱਥਾ ਨੇ ਹਾਜ਼ਰੀਆਂ ਭਰਨੀਆਂ ਨੇ।
ਆਓ ਪਿਆਰਿਓ, ਜਿਵੇਂ ਅੱਜ ਦੇ ਸਮਾਗਮ ਵਿੱਚ ਆਪ ਸੰਗਤਾਂ ਸਤਿਗੁਰ ਜੀ ਦੀ ਗੋਦ ਅੰਦਰ ਜੁੜ ਬੈਠੇ ਹੋ, ਆਉਣ ਵਾਲੇ ਸਾਰੇ ਸਮਾਗਮ ਸਮੁੱਚਾ ਵੇਰਵਾ ਜਿਹੜਾ ਹੈ ਉਹ ਚਵਰਕੀ ਦੇ ਵਿੱਚ ਛਪਿਆ ਹੋਇਆ ਹੈ। ਆਓ ਸਤਿਗੁਰ ਪਾਤਸ਼ਾਹ ਜੀ ਦੀਆਂ ਸੀਸਾਂ ਲੈਣੀਆਂ ਨੇ, ਰੋਜ਼ਾਨਾ ਇਹਨਾਂ ਸਮਾਗਮ 'ਚ ਹਾਜ਼ਰੀਆਂ ਭਰੀਏ, ਸਤਿਗੁਰ ਪਾਤਸ਼ਾਹ ਜੀ ਅਸੀਸਾਂ ਬਖਸ਼ਣ। ਆਓ ਬੇਨਤੀ ਕਰ ਰਿਹਾ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਨੇ। ਆਪ ਬੜੇ ਪਿਆਰ ਦੇ ਨਾਲ ਤਿੰਨਾਂ ਪਾਸੋਂ ਗੁਰਬਾਣੀ ਦੇ ਇਲਾਹੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਆਏ ਪ੍ਰਭ ਸਰਣਾਗਤਿ ਕਿਰਪਾ ਨਿਤ ਦਇਆ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਰ ਜੀਅਰੇ ਇੱਕ ਟੇਕ ਤੂੰ ਲਾਹੇ ਬੇਡਾਣੀ ਆਸ ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ ਆਨੰਦ ਗੁਣ ਨਿਦਾਨ ਤਨ ਤਨ ਗਰੀਬ ਨਿਵਾਸ ਗਰੀਬ ਨਿਵਾਸ ਗਰੀਬ ਨਿਵਾਸ ਜਿਨ ਵੱਡੇ ਆਈ ਤੇਰੇ ਨਾਮ ਜਿਨ ਵੱਡੇ ਆਈ ਤੇਰੇ ਨਾਮ ਕੀ ਜਿਨ ਵੱਡੇ ਆਈ ਤੇਰੇ ਨਾਮ ਕੀ ਜਿਨ ਵੱਡੇ ਆਈ ਤੇਰੇ ਨਾਮ ਤੇਰੇ ਨਾਮ ਕੀ ਜਿਨ ਵੱਡੇ ਆਈ ਤੇਰੇ ਨਾਮ ਜਿਨ ਵਡਿਆਈ ਤੇਰੇ ਨਾਮ ਕੀ ਤੇਰੇ ਨਾਮ ਜਿਨ ਵਡਿਆਈ ਤੇਰੇ ਨਾਮ ਕੀ ਜਿਨ ਵਡਿਆਈ ਤੇਰੇ
ਧਰਮ ਸਮਾਣਾ ਆਪੇ ਸਰਬ ਸਮਾਣਾ ਸਾਹਿਬਾ ਸਾਹਿਬਾ ਮੇਰੇ ਸਾਹਿਬਾ
ਜੈ ਜੈ ਦੇਖਾ ਤੈ ਜੋਤ ਤੁਮਾਰੀ, ਜਗ ਜਗ ਦੇਖਾ ਤੈ ਜੋਤ ਤੁਮਾਰੀ, ਤੇਰਾ ਰੂਪ ਕਨੇਹਾ ਵਿਡਾਣਾ,
ਜੋਤ ਵਿਡਾਣਾ ਪੜੋ ਪੜੋ
ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜਲ ਥਲ ਮਈਅਲ ਭਰਪੂਰ ਲੀਲਾ ਜਲ ਥਲ ਮਈਅਲ ਭਰਪੂਰ ਲੀਲਾ ਆਪੇ ਸਰਬ ਸਭਾਲਾ ਆਪੇ ਸਰਬ ਸਮਾਣਾ ਸਾਹਿਬਾ ਸਾਹਿਬਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਤੇਰੇ ਚੋਜ ਵਡਾਣਾ ਸਾਹਿਬਾ ਸਾਹਿਬਾ ਮੇਰੇ ਸਾਹਿਬਾ ਤੇਰੇ ਜੋਜ ਵਡਾਣਾ ਤੇਰੇ ਜੋਜ ਵਡਾਣਾ ਤੇਰੇ ਜੋਜ ਵਡਾ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਸਾਰੇ ਪੜੋ ਚੋਜੀ ਮੇਰੇ ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਪਿਆਰ ਸਾਰੇ ਚੋਜੀ ਮੇਰੇ ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਪ੍ਰਭ ਮੇਰਾ ਚੋਬਿੰਦਾ ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਪਿਆਰਿਆ
ਚੋਜੀ ਮੇਰੀ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਪਿਆਰਿਆ।
ਹਰ ਆਪੇ ਸਭ ਘੱਟ ਪੋਗਦਾ ਮੇਰੇ ਗੋਬਿੰਦਾ ਆਪੇ ਰਸੀਆ ਪੋਗੀ ਜੀਓ ਆਪੇ ਰਸੀਆ ਹੋਗੀ ਜੀਓ ਜੋ ਜੀ ਮੇਰੇ ਗੋਬਿੰਦਾ ਜੋ ਜੀ ਮੇਰੇ ਪਿਆਰਿਆ ਜੋ ਜੀ ਮੇਰੇ ਪਿਆਰਿਆ ਜੋ ਜੀ ਮੇਰੇ ਗੋਬਿੰਦਾ ਜੋ ਜੀ ਮੇਰੇ ਪਿਆਰਿਆ ਜੋ ਜੀ ਮੇਰੇ ਹਰ ਪ੍ਰਭ ਮੇਰਾ ਜੋ ਜੀ ਜੀਓ ਹਰ ਪ੍ਰਭ ਮੇਰਾ ਜੋ ਜੀ ਜੀਓ ਜੋ ਜੀ ਮੇਰੇ ਗੋਬਿੰਦਾ ਜੋ ਜੀ ਮੇਰੇ ਪਿਆਰਿਆ ਜੋ ਜੀ ਮੇਰੇ ਪਿਆਰਿਆ ਹਰ ਸੁਜਾਨ ਨਾ ਭੁੱਲਈ ਮੇਰੇ ਗੋਬਿੰਦਾ ਹਰ ਸੁਜਾਨ ਨਾ ਭੁੱਲਈ ਮੇਰੇ ਪਿਆਰਿਆ।
ਮਿਲ ਸੰਗਤ ਤਨ ਤਨ ਕਰਗੋ, ਮਿਲ ਸੰਗਤ ਤਨ ਤਨ ਕਰਗੋ, ਮਿਲ ਸੰਗਤ ਤਨ ਤਨ ਕਰਗੋ, ਮਿਲ ਸੰਗਤ ਤਨ ਤਨ ਕਰਗੋ। ਜੇ ਸਤਿਗੁਰ ਲਗ ਪ੍ਰਭ ਪਾਈਐ, ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ, ਸੋ ਸਤਿਗੁਰ ਸਿਮਰੋ ਨਰੋ, ਸੋਈ ਰਾਮਦਾਸ ਗੁਰ ਬਲ ਪਾਣ, ਸੋਈ ਰਾਮਦਾਸ ਗੁਰ ਬਲ ਪਾਣ, ਮਿਲ ਸੰਗਤ ਤਨ ਤਨ ਕਰਹੋ, ਮਿਲ ਸੰਗਤ ਤਨ ਤਨ ਕਰਹੋ, ਸੋਈ ਰਾਮਦਾਸ ਗੁਰ ਬਲ ਪਾਣ, ਸੋਈ ਰਾਮਦਾਸ ਗੁਰ ਬਲ ਪਾਣ, ਮਿਲ ਸੰਗਤ ਤਨ ਤਨ ਕਰਹੋ, ਮਿਲ ਸੰਗਤ ਤਨ ਤਨ ਕਰਹੋ। ਜਿਹ ਸਤਿਗੁਰ ਸਿਮਰੰਤ, ਜਿਹ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟੈ ਖਿਨ, ਸਤਿਗੁਰ ਸਿਮਰੰਤ, ਜਿਹ ਸਤਿਗੁਰ ਸਿਮਰੰਤ, ਹਿਰਦੈ ਹਰ ਨਾਮ ਦਿਲੋ ਦਿਨ, ਜੇ ਸਤਿਗੁਰ ਲਗ ਪ੍ਰਭ ਪਾਈਐ।
ਗੁਰ ਬਾਲ ਪਾਣ ਸੋਈ ਰਾਮਦਾਸ ਗੁਰ ਬਾਲ ਪਾਣ ਦਿਲ ਸੰਗਤ ਤਨ ਤਨ ਕਰਹੋ ਦਿਲ ਸੰਗਤ ਤਨ ਤਨ ਕਰਹੋ ਜਿਹ ਸਤਿਗੁਰ ਸਿਮਰੰਤ ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ ਜੀ ਕੀ ਤਪਤ ਮਿਟਾਵੇ ਜੇ ਸਤਿਗੁਰ ਸਿਮਰੰਤ ਜੇ ਸਤਿਗੁਰ ਸਿਮਰੰਤ ਰਿਤ ਸਿਧ ਨਵਨਿਤ ਸੰਗਤ ਤਨ ਤਨ ਕਰਹੋ ਦਿਲ
संगत तन तन करो, दिल संगत तन तन करो। ओ मिल संगत तन तन करो। नहीं तुझ जेया, नहीं तुझ जेया, नहीं तुझ जेया, नहीं तुझ जेया, जिठे सब थाव, जिठे सब थाव, नहीं तुझ जेया, नहीं तुझ जेया। बद्दो पुरख बिदाते तातू सुहिया, बद्दो पुरख बिदाते तातू सुहिया, तातू सुहिया, तातू सुहिया, नहीं तुझ जेया, नहीं तुझ जेया। सारे पढ़ो जी, नहीं तुझ जेया, जिठे सब थाव, जिठे सब थाव, नहीं तुझ जेया, नहीं तुझ जेया, नहीं तुझ जेया, नहीं तुझ जेया। बस्ती सघन अम्मा अनूप रामदासपुर, बस्ती सघन अम्मा अनूप रामदासपुर, हर नानक का समाल जागे, नाये राम दास सर, नाये राम दास सर, नाये राम दास सर, नहीं तुझ जेया, नहीं तुझ जेया, नहीं तुझ जेया। जिठे सब थाव, जिठे सब थाव, नहीं तुझ जेया, नहीं तुझ जेया, नहीं तुझ जेया, नहीं तुझ जेया। विच करता
ਵਾਲ ਨਾ ਵਿੰਗਾ ਹੋ ਮਜਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿਖਣਾ ਸੰਤ ਸੰਤੋ ਰਾਮਦਾਸ ਸੰਤੋ ਵਰਨੀਕਾ ਸੰਤੋ ਰਾਮਦਾਸ ਸੰਤੋ ਵਰਨੀਕਾ ਜੋ ਨਾਮੈ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਨਹੀਂ ਤੁਦ ਜੇਰਾ ਨਹੀਂ ਤੁਦ ਜੇਗਾ ਜੇਗਾ ਜਿੱਥੇ ਸਭ ਥਾਵ ਜਿੱਥੇ ਸਭ ਥਾਵ ਨਹੀਂ ਤੁਦ ਜੇਗਾ ਨਹੀਂ ਤੁਦ ਜੇਗਾ ਜੀ ਆ